हमदर्द टीवी देख रहे सारे दर्शकों का स्वागत है। मैं अमन मोहन लैके हाजरा प्रोग्राम हैलो पंजाब। सो एक मसला अज पंजाब की भारत की सियासत दे विच बहुत ज़्यादा गरमाया होया है। अकाल तख्त साहब के जथेदार ने बयान दिता खालिस्तान के हक दे विच, इस मगरों सियासत गरमा गई है। सो अज असीं चर्चा करांगे कि संविधान ते कानून की कहिंदा है कि खालिस्तान बन सकता है, मतलब कि पंजाब खालिस्तान बन सकता है। सो कानूनी दाव पेच की कहिंदे ने ते होर भी तेरे तमाम मसले ने उन्हां उत्ते चर्चा करांगे। जिवें रेफरेंडम 2020 का भी एक अहम इशू हैगा, विदेशों की धरती उत्तों भी रेफरेंडम 2020 की आवाज़ उठती आई है कि रेफरेंडम 2020 पंजाब दे विच हो सकता है जां नहीं हो सकता। सो इन्हां मुद्दियां दे उत्ते गल करन लई साडे नाल जुड़े हुए ने सियासी मामलों के माहर डॉक्टर प्यारे लाल गर्ग जी। गर्ग साहब निघा स्वागत है तुहाडा जी। शुक्रिया जी, बहुत जी। ते नाल ही साडे नाल जुड़े ने सीनियर एडवोकेट सुनील मलन जी। मलन साहब तुहाडा भी स्वागत है जी। धन्यवाद जी। जी सो गर्ग साहब, मैं सब तो पहला तुहानू पुछना चाहुंदा कि श्री अकाल तख्त साहब के जथेदार का जिहड़ा बयान आया, उन्होंने कहा कि खालिस्तान की एक तरीके नाल उन्होंने सीधी हमायत ही कर दी है, नाल ही उन्होंने यह भी कहता कि सानू कोई फर्क नहीं पैंदा कि इत्थे खालिस्तान के नारे गूंजन चा ना गूंजन। सो तुसी क्योंकि बहुत कानूनी किताबां भी पढ़िया ने, साडा संविधान की कहिंदा है कि खालिस्तान बन सकता है इत्थे पंजाब, अपना पंजाब मतलब खालिस्तान बन सकता है जी? देखो जिहड़ा संविधान है ओहदा आर्टिकल 1 कहिंदा है इंडिया दैट इज भारत इज ए यूनियन ऑफ स्टेट्स, ए स्टेटां दी इक यूनियन है जी, स्टेटां नहीं इहदे विच, ठीक है। ते दूजी गल इहदा प्रीएम्बल कहिंदा वी दी पीपल ऑफ इंडिया, ਸੋ ਭਾਰਤ ਦੇ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਹ ਸੰਵਿਧਾਨ ਦੇ ਰਿਹਾ। ਸੋ ਉਹਦੇ ਵਿੱਚ ਕੋਈ ਵੱਖਰੇ ਦੇਸ਼ ਦੀ ਕੋਨਸੈਪਟ ਨਹੀਂ ਹੈ ਇਸ ਤੋਂ ਕਿ ਕੋਈ ਦੇਸ਼ ਵੱਖਰਾ ਹੋ ਸਕਦਾ ਜਾਂ ਨਹੀਂ, ਇਹਦੇ ਵਿੱਚ ਇੱਕ ਦੇਸ਼ ਦੀ ਕੰਸੈਪਟ ਹੈ ਇਹ। ਉਂਝ ਉਹ ਇੱਕ ਦੇਸ਼ ਜਿਹੜਾ ਪਰ ਉਹ ਯੂਨੀਅਨ ਆਫ ਸਟੇਟਸ ਹੈ, ਉਹ ਐਂ ਨਹੀਂ ਹੈ ਵੀ ਇੱਕ ਆਪਣੇ ਆਪ 'ਚ ਮੋਨਾ ਦਿੱਤਾ। ਸੋ ਯੂਨੀਅਨ ਆਫ ਸਟੇਟਸ ਦਾ ਮਤਲਬ ਇਹ ਹੋ ਗਿਆ ਵੀ ਸਟੇਟਾਂ ਦੇ ਕੋਈ ਪਾਵਰ ਅਧਿਕਾਰ ਵੱਧ ਘੱਟ ਉਹ ਰੱਦ ਹੋ ਸਕਦੀ ਆ ਉਹਦੇ ਵਿੱਚ। ਤੇ ਪਰ ਟੈਰੀਟੋਰੀਅਲ ਤਾਂ ਇੱਕੋ ਦੇਸ਼ ਆ ਨਾ ਭਾਰਤ, ਟੈਰੀਟਰੀ ਇੱਕ ਹੈ, ਉਹਦੇ ਵਿੱਚ ਯੂਨੀਅਨ ਉਹ ਜਿਹੜੀ ਟੈਰੀਟਰੀ ਆ ਉਹ ਯੂਨੀਅਨ ਆਫ ਸਟੇਟਸ ਹੈ, ਉਹ ਇੱਕ ਉਸ ਤਰ੍ਹਾਂ ਦਾ ਮੁਲਕ ਨਹੀਂ, ਮੋਨੋਲਿਥ ਨਹੀਂ ਹੈ ਜੀ। ਸੋ ਇਸ ਕਰਕੇ ਇਹਦੇ ਵਿੱਚ ਜਿੱਥੋਂ ਤੱਕ ਸਵਾਲ ਹੈ ਇਹਨੂੰ ਵੱਖਰਾ ਕਰਨਾ ਜਾਂ ਇਹਦੇ ਟੋਟੇ ਕਰਨਾ ਜਾਂ ਇਹਨੂੰ ਹੋਰ ਕਰਨਾ, ਉਹ ਇਸ ਨਾਲ ਸਿੰਪਲ ਸੰਵਿਧਾਨਕ ਤੌਰ ਤੇ ਨਹੀਂ ਹੋ ਸਕਦਾ। ਮਤਲਬ ਹੋ ਸਕਦੇ ਨੇ ਸੰਵਿਧਾਨਕ ਤੌਰ ਤੇ ਸੂਬਿਆਂ ਨੂੰ ਵੱਧ ਅਧਿਕਾਰ ਤਾਂ ਮਿਲ ਸਕਦੇ ਨੇ ਜੀ ਜੀ, ਸੰਵਿਧਾਨਕ ਤੌਰ ਦੇ ਉੱਤੇ ਸੰਵਿਧਾਨ ਦੇ ਵਿੱਚ ਕੋਈ ਸਟੇਟ ਤੋੜੀ ਜਾ ਸਕਦੀ ਹੈ, ਕੋਈ ਸਟੇਟ ਨਵੀਂ ਬਣਾਈ ਜਾ ਸਕਦੀ ਹੈ, ਕੋਈ ਸਟੇਟ ਦੇ ਦੋ ਹਿੱਸੇ ਕਰੇ ਜਾ ਸਕਦੇ ਨੇ, ਕੋਈ ਸਟੇਟ ਨੂੰ ਯੂਨੀਅਨ ਟੈਰੀਟਰੀ ਡਿਕਲੇਅਰ ਕਰਿਆ ਜਾ ਸਕਦਾ, ਇਹ ਤਾਂ ਕੁਛ ਹੋ ਸਕਦਾ ਸੰਵਿਧਾਨ ਦੇ ਮੁਤਾਬਕ। ਤੇ ਰਾਈਟਸ ਵੱਧ ਦਿੱਤੇ ਜਾ ਸਕਦੇ ਨੇ, ਜਿਵੇਂ ਪਹਿਲਾਂ ਇਹ ਕਹਿੰਦੇ ਵੀ ਅਨੰਦਪੁਰ ਦਾ ਮਤਾ ਸਾਡਾ ਉਹਨੂੰ ਲਾਗੂ ਕਰੋ, ਉਹ ਅਨੰਦਪੁਰ ਦੇ ਮਤੇ ਦੇ ਵਿੱਚ ਵੱਧ ਰਾਈਟਸ ਦੀ ਗੱਲ ਸੀ ਵੀ ਸਾਨੂੰ ਥੋੜੇ ਹੱਕ ਵੱਧ ਦਿਓ। ਸੋ ਵੱਧ ਹੱਕਾਂ ਦੀ ਗੱਲ ਚੱਲ ਸਕਦੀ ਹੈ ਪਰ ਉਹਦੇ ਉੱਤੇ ਵੀ ਕਾਫੀ ਕੁਛ ਕਰਨਾ ਪੈਂਦਾ ਹੈ। ਤੇ ਜੇ ਕੋਈ ਆਪਾਂ ਇਹ ਆਖੀਏ ਵੀ ਇੱਦਾਂ ਹੀ ਕਹਿੰਦੀ ਵੀ ਅਸੀਂ ਦੋ ਦੇਸ਼ ਬਣਾ ਦਿਓ, ਫਿਰ ਤਾਂ ਜਿਵੇਂ ਬੰਗਲਾਦੇਸ਼ ਤੇ ਪਾਕਿਸਤਾਨ ਬਣੇ ਨਾ ਵੱਖਰੇ ਵੱਖਰੇ, ਉਹ ਤੁਹਾਨੂੰ ਪਤਾ ਹੀ ਹੈ ਜਿਹੜੇ ਹਾਲਤ 'ਚ 1971 'ਚ ਬੰਗਲਾਦੇਸ਼ ਪਾਕਿਸਤਾਨ ਪਾਕਿਸਤਾਨ ਦਾ ਜਿਹੜਾ ਸੀ ਉਹਨੂੰ ਬੰਗਲਾਦੇਸ਼ ਕਿਹਾ ਗਿਆ, ਬਣਿਆ ਉਹ ਈਸਟ ਪਾਕਿਸਤਾਨ ਤੋਂ ਬੰਗਲਾਦੇਸ਼ ਉਹ ਕਿਵੇਂ ਬਣਿਆ ਇਹ ਤੁਹਾਨੂੰ ਪਤਾ ਹੀ ਹੈ, ਮੁਕਤੀ ਵਾਹਿਨੀ ਤੇ ਹੋਰ ਸਾਰਾ, ਤੇ ਉਦੋਂ ਅੱਗੇ ਸ਼ਵੇਕ ਸਿੰਘ, ਉਹ ਇਹ ਖਾਲਿਸਤਾਨ ਨਾਲ ਵੀ ਗੱਲ ਜੁੜ ਜਾਂਦੀ ਹੈ, ਸ਼ਵੇਕ ਸਿੰਘ ਉੱਥੇ ਮੁਕਤੀ ਵਾਹਿਨੀ ਆਰਗੇਨਾਈਜ਼ ਕਰਨ ਵਾਲਾ ਸੀ, ਉਹੀ ਇੱਧਰ ਆਇਆ ਹੋਇਆ, ਠੀਕ ਹੈ ਨਾ। ਦੇਖੋ ਸਰ, ਇਹ ਸਵਾਲ ਜਿਹੜਾ ਟ੍ਰਿਕੀ ਹੈ ਤੁਹਾਡਾ, ਤੇ ਟ੍ਰਿਕੀ ਸਵਾਲ ਨੂੰ ਮੈਂ ਜਵਾਬ ਸਿੱਧੇ ਤੌਰ ਤੇ ਦਵਾਂਗਾ। ਗਰਗ ਸਰ ਨੂੰ ਮੈਂ ਐਪਰੀਸ਼ੀਏਟ ਕਰਦਾ, ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਆਰਟੀਕਲ 1 ਨੂੰ ਡਿਫਾਈਨ ਕੀਤਾ। ਆਰਟੀਕਲ 1 ਕੌਨਸਟੀਟਿਊਸ਼ਨ ਆਫ ਇੰਡੀਆ ਵਿੱਚ ਕੋਈ ਲਾਈਨ ਇਹੋ ਜਿਹੀ ਨਹੀਂ ਲਿਖੀ ਕਿ ਭਾਰਤ ਦਾ ਕੋਈ ਟੋਟਾ ਹੋ ਸਕਦਾ ਅਤੇ ਉਹਨੂੰ ਵੱਖਰਾ ਮੁਲਕ ਵੱਖਰਾ ਕੰਟਰੀ ਬਣਾਇਆ ਜਾ ਸਕਦਾ। ਆਲਦੋ ਫਿਰ ਮੈਂ ਦੂਸਰੀ ਗੱਲ ਕਰਨ ਲੱਗਾ, ਆਰਟੀਕਲ 3 ਸਾਨੂੰ ਇਹ ਪ੍ਰੋਵੀਜ਼ਨ ਦਿੰਦਾ ਕਿ ਕਿਸੇ ਸੂਬੇ ਦਾ ਨਾਂ ਬਦਲਿਆ ਜਾ ਸਕੇ, ਉਹਦੇ 'ਚ ਬਦਲਾਵ ਲਿਆਇਆ ਜਾ ਸਕੇ, ਉਹਨੂੰ ਦੋ ਹਿੱਸਿਆਂ 'ਚ ਜੋ ਕਰਨਾ ਉਹ ਸੰਵਿਧਾਨ 'ਚ ਹੈਗੀ ਹੈ, ਪਰ ਉਹ ਭਾਰਤ ਦਾ ਸੂਬਾ ਰਹੇਗਾ। ਵੀ ਦਾ ਪੀਪਲ ਆਫ ਇੰਡੀਆ, ਭਾਰਤ ਯੂਨੀਅਨ ਆਫ ਟੈਰੀਟਰੀਜ਼, ਜਿਹੜੀਆਂ ਛੋਟੇ ਛੋਟੇ ਸੂਬੇ ਨੇ, ਅਧਿਕਾਰ ਵੱਧ ਘੱਟ ਦੇਣ ਦੀ ਗੱਲ ਹੋ ਸਕਦੀ ਹੈ। ਸੈਂਟਰਲ ਦਾ ਕੋਈ ਕਾਨੂੰਨ ਸਟੇਟ ਗੌਰਮੈਂਟ ਨੇ ਜੇ ਲਾਗੂ ਕਰਨਾ, ਉਹਦੇ 'ਚ ਜਾਤੀ ਦੇ ਆਧਾਰ 'ਤੇ ਜਿਹੜੇ ਉੱਥੋਂ ਦੇ ਲੋਕ ਰਹਿ ਰਹੇ ਨੇ,
ਕਮਿਊਨਿਟੀਜ਼ ਦੇ ਆਧਾਰ ਤੇ ਜਿਵੇਂ ਆਦੀਵਾਸੀ ਰਹਿ ਰਹੇ ਨੇ ਉੱਥੇ ਉਹ ਕਾਨੂੰਨ ਲਾਗੂ ਹੁੰਦਾ ਕਿ ਨਹੀਂ, ਇਹੋ ਜਿਹੀਆਂ ਰਿਲੈਕਸੇਸ਼ਨ ਦੇ ਸਕਦੀ ਹੈ, ਉਹਦੇ ਵੀ ਬੜੇ ਵੱਡੇ ਪ੍ਰੋਸੀਜਰ ਨੇ। ਇਹ ਨਹੀਂ ਕਿ ਸਿੱਧਾ ਕਹੇਗੀ, ਜਿਵੇਂ ਆਪਾਂ ਇੱਕ ਵਾਰੀ ਪਹਿਲਾਂ ਮੁੱਦੇ 'ਤੇ ਗੱਲ ਕੀਤੀ ਸੀ ਬਈ ਉਹ ਕੈਪਟਨ ਸਾਹਿਬ ਨੇ ਕਹਿਤਾ ਸੀ ਕਿ ਮੈਂ ਪਤਾ ਨਹੀਂ ਕੀ ਚੀਜ਼ ਲਾਗੂ ਨਹੀਂ ਹੋਣ ਦਿਆਂਗਾ, ਤੇ ਉਹ ਮੈਨੂੰ ਯਾਦ ਨਹੀਂ ਆ ਰਹੀ ਨਾਗਰਿਕਤਾ ਸੋਧ ਕਾਨੂੰਨ। ਪਰ ਸਟੇਟਾਂ ਕੋਲ ਕੁਛ ਇਹੋ ਜਿਹੀਆਂ ਪਾਵਰਾਂ ਨਹੀਂ ਵੀ ਹੈ ਕਿ ਤੁਸੀਂ ਕਹੋ ਜੀ ਮੈਂ ਇਹ ਨਹੀਂ ਹੋਣ ਦੇਣਾ। ਜਦੋਂ ਇੱਕ ਪਾਰਲੀਆਮੈਂਟ ਜਿਹੜੀ ਕਿ ਬਾਏ ਦਾ ਪੀਪਲ ਆਫ ਇੰਡੀਆ ਬਣੀ ਹੈ, ਉਹਦਾ ਜੋ ਵੀ ਕਾਨੂੰਨ ਪਾਸ ਹੋਇਆ ਪਾਰਲੀਆਮੈਂਟ 'ਚ, ਈਵਨ ਸਾਡੀਆਂ ਕੋਰਟਸ ਨੂੰ ਵੀ ਉਹ ਮੰਨਣਾ ਪੈਂਦਾ। ਪਾਰਲੀਆਮੈਂਟ 'ਚ ਤੇ ਕਾਨੂੰਨ ਪਾਸ ਹੁੰਦਾ ਕਿ ਡਾਊਰੀ ਐਕਟ ਹੈਗਾ ਜੀ ਮੰਨਿਆ ਗਿਆ, ਇਹ ਵਾਲਾ ਐਕਟ ਹੈਗਾ ਜੀ ਮੰਨਿਆ ਗਿਆ। ਸੋ ਗਰਗ ਸਰ ਦੀ ਗੱਲ ਨਾਲ ਮੈਂ ਬਿਲਕੁਲ ਪੂਰੀ ਤਰ੍ਹਾਂ ਸਹਿਮਤ ਹਾਂ। ਸਾਡੇ ਜਿਹੜੇ ਕਾਨੂੰਨ ਦੇ ਗ੍ਰੰਥ ਹੈ ਉਹਦੇ 'ਚ ਗੱਲ ਕਲੀਅਰ ਲਿਖੀ ਹੈ। ਇੱਕ ਚੀਜ਼ ਇਹਦੇ 'ਚ ਮੈਂ ਐਡ ਕਰਾਂਗਾ, ਆਰਟੀਕਲ 1 ਮੈਨੂੰ ਇਹ ਪ੍ਰੋਵੀਜ਼ਨ ਜ਼ਰੂਰ ਦਿੰਦਾ, ਕੱਲ੍ਹ ਨੂੰ ਪਾਕਿਸਤਾਨ ਹੱਥ ਖੜ੍ਹੇ ਕਰਦੇ ਕਿ ਸਾਡੇ ਕੋਲ ਸਾਡੀ ਸਰਕਾਰ ਨਹੀਂ ਚੱਲਦੀ, ਅਤੇ ਪਾਕਿਸਤਾਨ ਨੂੰ ਇੰਡੀਆ ਲਿਖ ਸਕਦੇ ਹਾਂ ਅਸੀਂ, ਬੰਗਲਾਦੇਸ਼ ਨੂੰ ਇੰਡੀਆ 'ਚ ਵਾੜ ਸਕਦੇ ਹਾਂ, ਉਹਨਾਂ ਨੂੰ ਵੱਖਰਾ ਸੂਬੇ ਦਾ ਦਰ ਅਸੀਂ ਡੈਜ਼ੀਗਨੇਸ਼ਨ ਦੇ ਸਕਦੇ ਹਾਂ। ਦੇ ਕੈਨ ਔਰ ਐਨੀਵੇਅਰ ਐਨੀ ਸਟੇਟ, ਮਤਲਬ ਬਾਹਰ ਦੀ ਕੰਟਰੀ ਇੰਡੀਆ ਦਾ ਹਿੱਸਾ ਬਣ ਸਕਦੀ ਹੈ। ਐਡੀਸ਼ਨ ਪੋਸੀਬਲ ਹੈ, ਸਬਸਟ੍ਰੈਕਸ਼ਨ ਡਿਲੀਸ਼ਨ ਨੋਟ ਪੋਸੀਬਲ। ਜਿੱਥੋਂ ਤੱਕ ਤੁਸੀਂ ਦੂਸਰਾ ਸਵਾਲ ਪੁੱਛਿਆ ਕਿ ਨਾਮ, ਪੰਜਾਬ ਦਾ ਨਾਂ ਬਦਲ ਕੇ ਖਾਲਿਸਤਾਨ ਰੱਖ ਦਈਏ, ਰੱਖਿਆ ਜਾ ਸਕਦਾ, ਸੈਕਸ਼ਨ 3 'ਚ ਉਹਦੀ ਪਾਵਰ ਹੈ, ਪਰ ਉਹਦੇ 'ਚ ਵੀ ਬੜੇ ਸਵਾਲ ਉੱਠਦੇ ਨੇ ਕਿ ਉਹ ਨਾਮ ਕਿਉਂ ਰੱਖਿਆ ਜਾਣਾ ਚਾਹੀਦਾ, ਕਿੱਥੇ ਰੱਖਿਆ ਜਾਣਾ ਚਾਹੀਦਾ, ਉਹਦੇ ਕਈ ਸਾਰੀਆਂ ਚੀਜ਼ਾਂ ਹੋਰ ਆਪਾਂ ਡਿਫਾਈਨ ਕਰਨੀਆਂ ਹੋਣਗੀਆਂ। ਤੁਸੀਂ ਕੁਝ ਪੁੱਛਣਾ ਚਾਹੋ ਸਾਹਿਬ? ਤੁਹਾਡੀ ਅਤੇ ਸੁਨੀਲ ਮੱਲਣ ਜੀ ਦੀ ਰਾਏ ਇਸ ਮੁੱਦੇ 'ਤੇ ਲਗਭਗ ਇੱਕੋ ਹੈਗੀ ਹੈ, ਸੋ ਹੁਣ ਵਿਚਾਰ ਚਰਚਾ ਦਾ ਅੱਗੇ ਮਜ਼ਾ ਵੀ ਆਊਗਾ। ਸੋ ਸਵਾਲ ਇਸ ਵਿੱਚ ਇਹ ਪੈਦਾ ਹੋ ਜਾਂਦੇ ਨੇ, ਜੇ ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਸਾਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕੋਈ ਸਟੇਟ ਜੀ ਵੱਖਰੀ ਹੋਣਾ ਚਾਹੁੰਦੀ ਤਾਂ ਨਹੀਂ ਹੋ ਸਕਦੀ, ਪਰ ਦੂਜੇ ਪਾਸੇ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਜੇ ਕੋਈ ਬਾਹਰਲਾ ਕੋਈ ਮੁਲਕ ਹੈਗਾ ਜਿਵੇਂ ਪਾਕਿਸਤਾਨ ਹੋ ਗਿਆ, ਬੰਗਲਾਦੇਸ਼, ਜੇ ਉਹ ਹਿੰਦੁਸਤਾਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਤਾਂ ਹੋ ਸਕਦੇ ਨੇ। ਮਤਲਬ ਕਿ ਫਿਰ ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਦੀ ਲੋੜ ਹੈਗੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਥੇ ਰੋਸ ਵੀ ਹੈਗਾ ਕਈ ਮਾਮਲਿਆਂ ਨੂੰ ਲੈ ਕੇ, ਜਿੱਦਾਂ ਸਾਕਾ ਨੀਲਾ ਤਾਰਾ ਦੀ ਘਟਨਾ ਵਾਪਰੀ ਸੀ, ਅਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਜੋ ਘਟਨਾ ਵਾਪਰੀ, ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦਾ ਕਤਲੇਆਮ ਕੀਤਾ ਗਿਆ, ਗੁਜਰਾਤ ਦੇ ਵਿੱਚ ਗੋਧਰਾ ਕਾਂਡ ਦੀ ਘਟਨਾ ਵਾਪਰੀ, ਅੱਜ ਵੀ ਜੋ ਕੁਛ ਹੋ ਰਿਹਾ ਸਾਰਿਆਂ ਦੀ ਨਜ਼ਰਾਂ ਸਾਹਮਣੇ ਹੈ, ਅਤੇ ਜੰਮੂ ਕਸ਼ਮੀਰ ਤੋਂ ਲਦਾਖ ਵੱਖ ਕਰ ਦਿੱਤਾ ਜਾਂਦਾ ਹੈ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਕੋਲ ਵੀ ਹੱਕ ਹੈਗਾ ਕਿ ਉਹ ਇਹ ਮੰਗ ਕਰ ਸਕਦੇ ਨੇ ਕਿ ਉਹ ਇਸ ਦੇਸ਼ ਦੇ ਨਾਲੋਂ ਵੱਖਰਾ ਹੋਣਾ ਚਾਹੁੰਦੇ ਨੇ, ਮਤਲਬ ਕਿ ਵੱਖਰੀ ਸਟੇਟ ਬਣਾਉਣਾ ਚਾਹੁੰਦੇ ਨੇ? ਗਰਗ ਸਾਹਿਬ ਇਸ ਮੁੱਦੇ 'ਤੇ ਤੁਸੀਂ ਕੀ ਕਹੋਗੇ? ਦੇਖੋ, ਜਿੱਥੋਂ ਸਵਾਲ ਹੈ ਦੂਜੇ ਨੂੰ ਮਿਲਾਉਣ ਦਾ, ਉਹ ਤਾਂ ਆਪਾਂ ਨੂੰ ਪਤਾ ਹੀ ਹੈ, ਸਿੱਕਮ ਇੱਕ ਮੁਲਕ ਸੀਗਾ ਇੰਡੀਪੈਂਡੈਂਟ, ਉਹਨੂੰ ਬੁਲਾਇਆ ਗਿਆ ਸੀ ਹਿੰਦੁਸਤਾਨ 'ਚ। ਜੀ ਜੀ, ਤੇ ਉਹ ਤਾਂ ਮਿਲਾਉਣ ਦੀ ਗੱਲ ਹੈ, ਜਿਹੜੀ ਅਨੈਕਸੇਸ਼ਨ ਹੈ ਉਹ ਇਹ ਕੋਈ ਮੁਲਕ ਨਹੀਂ ਕਹਿਣਾ ਹੁੰਦਾ ਜੀ ਸਾਡਾ ਚੱਲਦਾ ਨਹੀਂ ਸਾਨੂੰ ਰਲਾ ਲਓ, ਤੇ ਉਹ ਅਨੈਕਸੇਸ਼ਨ ਹੈ। ਅਨੈਕਸੇਸ਼ਨ ਕੋਈ ਵੀ ਤਕੜਾ ਮੁਲਕ ਦੂਜੇ ਦਾ ਕਰ ਜਾਂਦਾ ਕਈ ਵਾਰੀ, ਹੈ। ਤੇ ਜਿੱਥੋਂ ਤੱਕ ਸਵਾਲ ਹੈ ਵੀ ਲੋਕਾਂ ਦੇ ਰਾਈਟ, ਜਿਹੜਾ ਸਾਡਾ ਸੰਵਿਧਾਨ ਹੈ ਉਹਦੇ 'ਚ 3 ਸੂਚੀਆਂ ਨੇ ਜਿਹੜੀਆਂ ਵੀ ਕੌਣ ਕੀ ਕੰਮ ਕਰੇਗਾ। ਇੱਕ ਨੂੰ ਅਸੀਂ ਕਹਿੰਦੇ ਯੂਨੀਅਨ ਲਿਸਟ, ਇੱਕ ਨੂੰ ਕਹਿੰਦੇ ਅਸੀਂ ਸਟੇਟ ਲਿਸਟ, ਇੱਕ ਨੂੰ ਕਹਿੰਦੇ ਕੰਕਰੈਂਟ ਲਿਸਟ। ਜਿੱਦਾਂ ਦਾ ਸੰਵਿਧਾਨ ਬਣਿਆ ਉਦਾਂ ਦਾ ਸਾਡਾ ਸੰਵਿਧਾਨ ਆ ਜਿਹੜਾ ਫੈਡਰਲ ਢਾਂਚੇ ਦਾ ਹੈ। ਅਸਲ 'ਚ ਜਿਹੜੀ ਵੀ ਸਰਕਾਰ ਆਈ ਉਹਨੇ ਕੋਸ਼ਿਸ਼ ਕਰੀ ਵੀ ਤਾਕਤ ਆਪਦੇ ਕੋਲ ਕੇਂਦਰੀਕਰਨ ਕਰਦੇ ਗਏ, ਤੇ ਹੁਣ ਕੇਂਦਰੀਕਰਨ ਦੀ ਤਾਕਤ ਕੋਰੋਨਾ ਵੇਲੇ ਇਹੀ ਜਿਹੀ ਹੋ ਗਈ ਕਿ ਬਿਨਾਂ ਕਿਸੇ ਐਮਰਜੈਂਸੀ ਦੇ ਕਿਤੇ ਕਿਹੜੇ ਸ਼ਹਿਰ 'ਚ ਕਿਹੜੀ ਦੁਕਾਨ ਖੁੱਲ੍ਹਣੀ ਹੈ ਨਾ, ਇਹ ਕੇਂਦਰ ਫੈਸਲਾ ਕਰਨ ਲੱਗ ਗਿਆ ਸੀ। ਕਿੱਥੇ ਬੱਸ ਚੱਲਣੀ ਹੈ, ਕਿੱਥੇ ਨਹੀਂ ਚੱਲਣੀ, ਇਹ ਕੇਂਦਰ ਫੈਸਲਾ ਕਰਨ ਲੱਗ ਗਿਆ ਸੀ। ਕਿਹੜਾ ਸਕੂਲ ਖੁੱਲ੍ਹਣਾ, ਕਿਹੜਾ ਨਹੀਂ ਖੁੱਲ੍ਹਣਾ, ਕੇਂਦਰ ਫੈਸਲਾ। ਜੇ ਕੇਂਦਰ ਸਾਰੀਆਂ ਸ਼ਕਤੀਆਂ ਆਪਦੇ ਕੋਲ ਇੱਧਰ ਲੈਂਦਾ ਜਾਏਗਾ, ਜੇ ਜਿਹੜੀਆਂ ਮਨੋਰਟੀਜ਼ ਨੇ, ਜਿਹੜੀਆਂ ਲਿੰਗੁਇਸਟਿਕ ਮਨੋਰਟੀ ਨੇ, ਜਿਹੜੇ ਆਦੀਵਾਸੀ ਨੇ, ਜਿਹੜੇ ਦਲਿਤ ਨੇ, ਜੇ ਉਹਨਾਂ ਦੀਆਂ ਜਿਹੜੇ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਆਸ਼ਾਵਾਂ ਸੀਗੀਆਂ ਇਹ ਦੱਸਿਆ ਗਿਆ ਸੀ, ਤਾਂ ਨਵੇਂ ਮਿਲੇਗਾ। ਜੇ ਉਹ ਸਭ ਕੁਛ ਨਹੀਂ ਮਿਲੇਗਾ ਤਾਂ ਬੇਚੈਨੀ ਤਾਂ ਪੈਦਾ ਹੁੰਦੀ ਹੋਈ ਹੈ ਨਾ। ਬੰਗਲਾਦੇਸ਼ ਕਿਉਂ ਬਣਿਆ? ਪਾਕਿਸਤਾਨ ਇੱਕੋ ਹੀ ਸੀ ਨਾ, ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ, ਬੰਗਲਾਦੇਸ਼ ਵੀ ਤਾਂ ਬਣਿਆ ਹੀ ਸੀ ਨਾ। ਸੋ ਇਸ ਤਰ੍ਹਾਂ ਦਾ ਜਦ ਕਿਤੇ ਵੀ ਕੋਈ ਅਨਿਆ ਕਿਸੇ ਨੂੰ ਮਹਿਸੂਸ ਹੁੰਦਾ ਜਾਂ ਸੱਚੀ ਮੁੱਚੀ ਹੁੰਦਾ, ਪਰ ਮੈਨੂੰ ਤਾਂ ਇਹ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਤਾਂ ਪਿਛਲੇ ਸਮੇਂ ਤੋਂ ਇਹ ਹੋਇਆ ਕਿ ਕੇਂਦਰ ਨੇ ਆਪਦੀ ਇਹ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਕਿ ਸਟੇਟਾਂ ਪ੍ਰਫੁੱਲਿਤ ਹੋਣ, ਸਟੇਟਾਂ ਆਪਦੇ ਰਾਈਟ ਨੂੰ ਚੁਣਾਉਣਾ, GST ਨਾਲ ਕੀ ਕਰਿਆ, ਟੈਕਸ ਆਪਦੇ ਕੋਲ ਇਕੱਠਾ ਕਰ ਲਿਆ, ਮੁੜ ਕੇ ਪੈਸਾ ਨਹੀਂ ਦੇਣਾ। ਐਗਰੀਕਲਚਰ ਭਾਅ ਉਹਨਾਂ ਨੇ ਤੈਅ ਕਰਨੇ, ਰੇਹ ਦਾ ਭਾਅ ਕੀ ਹੋਏਗਾ ਉਹਨਾਂ ਨੇ ਤੈਅ ਕਰਨਾ, MSP ਕੀ ਹੋਏਗੀ ਉਹਨਾਂ ਨੇ ਤੈਅ ਕਰਨਾ। ਹੁਣ ਕਾਨੂੰਨ ਹੀ ਬਦਲਤਾ ਵੀ ਤੁਸੀਂ ਜਿੱਥੇ ਮਰਜ਼ੀ ਵੇਚ ਦਿਓ ਜੀ, ਅਸੀਂ MSP ਖਤਮ ਕਰ ਦੇਣੀ ਹੈ। ਸੋ ਜਦ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਤਾਂ ਉਹਦੇ ਨਾਲ ਲੋਕਾਂ 'ਚ ਬੇਚੈਨੀ ਪੈਦਾ ਹੁੰਦੀ ਹੈ, ਉਹ ਬੇਚੈਨੀ ਦੇ ਕਈ ਤਰ੍ਹਾਂ ਦੇ ਫਿਰ ਤੌਰ ਤਰੀਕੇ ਨਿਕਲਦੇ ਨੇ, ਉਹ ਫਿਰ ਸੰਵਿਧਾਨ ਦੇ ਵਿੱਚੋਂ ਨਹੀਂ ਹੱਲ ਹੁੰਦੇ ਹੁੰਦੇ ਕਦੀ ਵੀ। ਗਰਗ ਸਾਹਿਬ ਤੁਸੀਂ ਇਹ ਗੱਲ ਤਾਂ ਮੰਨ ਰਹੇ ਹੋ ਕਿ ਸੈਂਟਰ ਹੌਲੀ ਹੌਲੀ ਜਿਹੜੇ ਸਟੇਟਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰ ਰਹੀ ਹੈ, ਤੇ
ਉਸ ਉੱਤੇ ਜਿਹੜੇ ਵਾਧੂ ਟੈਕਸ ਜਾਂਦਾ ਜੀ ਐਸ ਟੀ ਦਾ ਵੱਡਾ ਹਿੱਸਾ ਸੈਂਟਰ ਲੈ ਜਾਂਦਾ ਹੋਰ ਵੀ ਜਿਹੜੇ ਅਧਿਕਾਰ ਹੈਗੇ ਨੇ ਹੌਲੀ ਹੌਲੀ ਆਪਣੇ ਖੇਤਰ ਦੇ ਵਿੱਚ ਕਰ ਰਹੀ ਹੈ ਮਤਲਬ ਸੂਬਿਆਂ ਉੱਤੇ ਕੰਟਰੋਲ ਕਰ ਰਹੀ ਹੈ ਪੂਰੀ ਤਰ੍ਹਾਂ ਤੇ ਦੂਜੇ ਪਾਸੇ ਕਈ ਸੂਬਿਆਂ ਦੇ ਲੋਕਾਂ ਨੂੰ ਅਧਿਕਾਰ ਵੀ ਨਹੀਂ ਹੈਗਾ ਕਿ ਉਹ ਇਸ ਮਸਲੇ ਦਾ ਹੱਲ ਲੱਭਣ ਕਿਉਂਕਿ ਜੇ ਸੈਂਟਰ ਕੇਂਦਰ ਸਰਕਾਰ ਸੂਬਿਆਂ ਨੂੰ ਹੱਕ ਨਹੀਂ ਦਿੰਦੀ ਤਾਂ ਫਿਰ ਸੂਬਿਆਂ ਨੂੰ ਤਾਂ ਇਹ ਲੱਗੂਗਾ ਨਾ ਕਿ ਇਸ ਦੇਸ਼ ਨਾਲੋਂ ਵੱਖ ਹੋ ਜਾਣਾ ਚਾਹੀਦਾ ਪਰ ਮੈਂ ਥੋੜੀ ਜਿਹੀ ਟਿੱਪਣੀ ਗਰਗ ਸਾਹਿਬ ਸੌਰੀ ਇੰਟਰਪਟ ਕਰਨ ਲੱਗਾ ਮਦਨ ਸਾਹਿਬ ਹਾਂਜੀ ਮੈਂ ਤੁਹਾਡੇ ਤੋਂ ਵੀ ਆਉਣਾ ਮੈਂ ਗਰਗ ਸਾਹਿਬ ਪਹਿਲਾਂ ਗਰਗ ਸਾਹਿਬ ਸੀਨੀਅਰ ਨੇ ਸਾਡੇ ਦੇਖੋ ਗੱਲ ਇਹ ਹੈ ਵੀ ਜਦ ਤੁਸੀਂ ਕੇਂਦਰੀਕਰਨ ਕਰਦੇ ਜਾਓਗੇ ਮੈਡੀਕਲ ਐਜੂਕੇਸ਼ਨ ਦਾ ਇਹਨਾਂ ਨੇ ਕਰ ਲਿਆ ਮੈਡੀਕਲ ਐਜੂਕੇਸ਼ਨ ਜੋ ਫੈਸਲੇ ਕੇਂਦਰ ਕਰਦਾ ਪਰ ਜਿਹੜੇ ਲਾਗੂ ਕਰਨ ਵੇਲੇ ਪੈਸੇ ਕੇਂਦਰ ਨੇ ਕੋਈ ਦੇਣਾ ਨੀ ਉਹਦਾ ਤਾਂ ਤੌਰ ਤਰੀਕਾ ਇਹ ਹੈ ਵੀ ਤੁਸੀਂ ਸ਼ਰਤਾਂ ਤੁਸੀਂ ਬਣਾਈ ਜਾਓ ਕਾਨੂੰਨ ਤੁਸੀਂ ਨਵੇਂ ਬਣਾਈ ਜਾਓ ਸਰਫੇਸ ਟਰਾਂਸਪੋਰਟ ਐਕਟ ਬਣਾਤਾ ਜਿਹੜੀ ਸਾਰੀ ਸਰਫੇਸ ਟਰਾਂਸਪੋਰਟ ਹੈ ਉਹ ਸਟੇਟ ਕੋਲ ਹੁੰਦੀ ਸੀ ਇਹਨਾਂ ਨੇ ਜਾ ਕੇ ਟਰਾਂਸਪੋਰਟ ਐਕਟ ਸੈਂਟਰ ਦਾ ਬਣਾਤਾ ਜਿਹਦੇ ਨਾਲ ਫਿਰ ਹੁਣ ਜਿਹੜੇ ਜੁਰਮਾਨੇ ਹੋਣੇ ਨੇ ਜਿਹੜੇ ਲਾਇਸੈਂਸ ਅਲਟੀਮੇਟਲੀ ਲਾਇਸੈਂਸਿੰਗ ਅਥਾਰਟੀ ਸੈਂਟਰ ਦੀ ਬੈਠੀ ਹੋਊਗੀ ਜਦ ਤੁਸੀਂ ਸਾਰਾ ਕੁਛ ਸੈਂਟਰ ਕੋਲ ਲਈ ਜਾਓਗੇ ਤਾਂ ਲੋਕਾਂ 'ਚ ਬੇਚੈਨੀ ਆਏਗੀ ਆਏਗੀ ਉਹ ਜਿਹੜੀ ਬੇਚੈਨੀ ਆ ਉਹਨੂੰ ਹੱਲ ਕਰਨ ਦਾ ਤਰੀਕਾ ਇਹ ਨਹੀਂ ਹੈ ਵੀ ਤੁਸੀਂ ਡੰਡੇ ਨਾਲ ਕਰੋ ਤੁਸੀਂ ਕਰ ਲਓਗੇ ਫੌਜ ਵਧੇਜ ਤਕੜੀ ਹੈ ਹਿੰਦੁਸਤਾਨ ਦੀ ਇੰਨੀ ਕੋਈ ਕਮਜ਼ੋਰ ਗੱਲ ਨਹੀਂ ਹੈ ਪਰ ਉਹ ਬਹੁਤੀ ਦੇਰ ਨਹੀਂ ਚੱਲਦੀ ਹੁੰਦੀ ਬੜੇ ਬੜੇ ਜ਼ਾਬਰ ਜ਼ਲਮ ਵੀ ਆਏ ਨੇ ਸਾਨੂੰ ਇਹ ਫੈਡਰਲ ਢਾਂਚਾ ਸੀ ਦੇਸ਼ ਦੀ ਆਜ਼ਾਦੀ ਵੇਲੇ ਫੈਡਰਲ ਢਾਂਚੇ ਦਾ ਫੈਸਲਾ ਹੋਇਆ ਸੀ ਦੇਸ਼ ਦੀ ਆਜ਼ਾਦੀ ਕੋਈ ਆਇਆ ਨਹੀਂ ਹੈ ਵੀ ਕਿਸੇ ਕੇਂਦਰ ਦੀ ਤਾਕਤ ਨੇ ਲਈ ਸੀ ਉਹ ਸਾਰੇ ਸੂਬਿਆਂ ਨੇ ਲੜਾਈ ਕਰੀ ਸੀ ਔਰ ਪੰਜਾਬ ਦੀਆਂ ਉਹਦੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਨੇ ਤੇ ਇਸ ਕਰਕੇ ਜਿਹੜਾ ਫੈਡਰਲ ਢਾਂਚੇ ਦਾ ਫੈਸਲਾ ਸੀ ਲਿੰਗੁਇਸਟਿਕ ਮਿਨੋਰਟੀ ਨਾਲ ਜਸਟਿਸ ਦੇਣ ਦਾ ਫੈਸਲਾ ਸੀ ਦਲਿਤਾਂ ਨੂੰ ਜਸਟਿਸ ਦੇਣ ਦਾ ਫੈਸਲਾ ਸੀ ਆਦਿਵਾਸੀਆਂ ਨੂੰ ਜਸਟਿਸ ਦੇਣ ਦਾ ਫੈਸਲਾ ਸੀ ਉਹ ਫੈਸਲੇ ਜੇ ਅਸੀਂ ਉਹਦੇ 'ਚ ਪੂਰੇ ਨਹੀਂ ਉਤਰਾਂਗੇ ਜੇ ਅਸੀਂ ਉਹਨਾਂ ਨੂੰ ਵਿਕਾਸ ਦੇ ਨਾਂ ਦੇ ਉੱਤੇ ਜੇ ਅਸੀਂ ਦਲਿਤਾਂ ਦੀ ਸਾਰੀ ਜ਼ਮੀਨ ਖੋਲੇ ਦਲਿਤਾਂ ਦਾ ਹਿੱਸਾ ਨਹੀਂ ਦੇਣਾ ਜੇ ਵਿਕਾਸ ਦੇ ਨਾਂ ਤੇ ਅਸੀਂ ਆਦਿਵਾਸੀਆਂ ਦੇ ਜੰਗਲ ਖੋ ਲੈਣੇ ਨੇ ਤੇ ਉੱਥੇ ਮੈਦਾਨਤਾਂ ਨੂੰ ਭੇਜ ਦੇਣਾ ਤੇ ਫਿਰ ਮੇਰਾ ਖਿਆਲ ਹੈ ਵੀ ਬੇਚੈਨੀ ਜ਼ਿਆਦਾ ਵਧੇਗੀ ਆਸਾਮ ਦੇ ਵਿੱਚ ਉਹਨਾਂ ਨੇ 81 ਚ ਕਹਿਣਾ ਸ਼ੁਰੂ ਕਰਤਾ ਸੀ ਇਫ ਯੂ ਸੀ ਏ ਕੋਬਰਾ ਐਂਡ ਐਨ ਇੰਡੀਅਨ ਯੂ ਕਿਲ ਦੀ ਇੰਡੀਅਨ ਫਸਟ ਦੈਨ ਕੋਬਰਾ ਦੈਨ ਕੋਬਰਾ ਯੈਸ ਸਰ ਸੋ ਮਲਨ ਸਾਹਿਬ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਿਸ ਤਰ੍ਹਾਂ ਰੈਫਰੈਂਡਮ 2020 ਦੀ ਵੀ ਇੱਕ ਮੰਗ ਉੱਠੀ ਹੈ ਵਿਦੇਸ਼ਾਂ ਦੀ ਧਰਤੀ ਤੋਂ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਇਹ ਲਗਾਤਾਰ ਇਹ ਮੰਗ ਚੁੱਕ ਰਹੇ ਨੇ ਤੇ ਇਧਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਕਹਿ ਚੁੱਕੇ ਨੇ ਕਿ ਉਹ ਉਹਨਾਂ ਉੱਤੇ ਚੁੱਪ ਕਰ ਜਾਣ ਨਹੀਂ ਤਾਂ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ ਜੇ ਹਿੰਮਤ ਹੈ ਤਾਂ ਪੰਨੂ ਇੱਥੇ ਆ ਕੇ ਮੰਗ ਕਰੇ ਡਿਮਾਂਡ ਕਰੇ ਸੋ ਇੱਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ ਬੋਲਦੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਹਾਲੇ ਤੱਕ ਉਹਨਾਂ ਦੇ ਵਿਰੁੱਧ ਕੋਈ ਐਕਸ਼ਨ ਲੈਣ ਦੀ ਸਟੇਟਮੈਂਟ ਨਹੀਂ ਆਉਂਦੀ ਸੋ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਰੈਫਰੈਂਡਮ 2020 ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈਗੀ ਹੈ ਵਿਦੇਸ਼ਾਂ ਦੀ ਧਰਤੀ ਦੇ ਵਿੱਚੋਂ ਕਿ ਕਾਨੂੰਨ ਕੀ ਕਹਿੰਦਾ ਹੈ ਸੰਵਿਧਾਨ ਸਾਡਾ ਕੀ ਕਹਿੰਦਾ ਕਿ ਇੱਥੇ ਰੈਫਰੈਂਡਮ 2020 ਹੋ ਸਕਦਾ ਹੈ ਉਸ ਤੋਂ ਪਹਿਲਾਂ ਮੈਂ ਇੱਕ ਗਰਗ ਸਰ ਦੀ ਗੱਲ ਨੂੰ ਬਿਲਟ ਅਪ ਕਰਨਾ ਚਾਹੁੰਦਾ ਜੀ ਜੀ ਗਰਗ ਸਰ ਨੇ ਬੜੇ ਹੀ ਟੈਕਨੀਕਲ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਹਰ ਗੱਲ ਨੂੰ ਦੱਸਿਆ ਕਿਲ ਦਾ ਇੰਡੀਅਨ ਬਿਫੋਰ ਕੋਬਰਾ ਇਹੋ ਜਿਹੀਆਂ ਗੱਲਾਂ ਸੱਚੀ ਮੁੱਚੀ ਹੈਗੀਆਂ ਨੇ ਜੀ ਜੀ ਐਗਜ਼ਿਸਟ ਕਰਦੀਆਂ ਨੇ ਗੂਗਲ ਬਾਬਾ ਨੂੰ ਪੁੱਛੋ ਜਵਾਬ ਦਿੰਦਾ ਜੀ ਜੀ ਪਰ ਇਹਦੇ 'ਚ ਮੈਂ ਇੱਕ ਸਵਾਲ ਮੇਰੇ ਦਿਮਾਗ 'ਚ ਆਉਂਦਾ ਹੈ ਕਿ ਇਹ ਵੀ ਗੱਲ ਸੋਚੀ ਜਾ ਸਕਦੀ ਕਿ ਕਿਆ ਸਟੇਟਾਂ ਸਾਡੀਆਂ ਇੰਨੀਆਂ ਨਲਾਇਕ ਹੋ ਗਈਆਂ ਕਿ ਸਾਰੀਆਂ ਪਾਵਰਾਂ ਸੈਂਟਰ ਨੂੰ ਲੈਣੀਆਂ ਪੈ ਰਹੀਆਂ ਕਿਆ ਸਾਡੀਆਂ ਸਟੇਟਾਂ ਸਾਡੇ ਬੰਦਿਆਂ ਨੂੰ ਰਿਲੀਫ ਦੇਣ 'ਚ ਨਾਕਾਮਯਾਬ ਨੇ ਅੱਜ ਹੀ ਆਪਣਾ ਪਹਿਲਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀ ਉਹਦੇ ਵਿੱਚ ਸਾਡੇ ਨਾਲ ਜਿਹੜੇ ਇੱਕ ਰਜਿਸਟਰਾਰ ਜੁੜੇ ਸੀ ਉਹ ਕਹਿੰਦੇ ਵੀ 36 ਕਰੋੜ ਰੁਪਇਆ ਲੈਣਾ ਪੰਜਾਬ ਸਰਕਾਰ ਕੋਲ ਬੱਚਿਆਂ ਦੀ ਪੜ੍ਹਾਈ ਦਾ ਮਿਲ ਨਹੀਂ ਰਿਹਾ ਇੱਕ ਨਹੀਂ ਮੈਂ ਤੁਹਾਨੂੰ ਸਾਰੇ ਕਾਲਜ ਗਿਣਾ ਦਿੰਦਾ ਐਸ ਟੀ ਐਕਟ ਦੇ ਅੰਡਰ ਉਹ ਪੈਸਾ ਪੈਂਡਿੰਗ ਹੈ ਕਿਉਂਕਿ ਉਸ ਬੱਚੇ ਦੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੇ ਉੱਤੇ ਕਾਨੂੰਨ ਬਣਿਆ ਉਹਦਾ ਪੈਸਾ ਨਹੀਂ ਮਿਲ ਰਿਹਾ ਆਫਟਰ ਆਲ ਕਾਲਜ ਨੇ ਤਾਂ ਉਸੇ ਪੈਸੇ ਤੋਂ ਰੋਟੀ ਖਾਣੀ ਹੈ ਅਤੇ ਮੈਂ ਕਹਿੰਦਾ ਕਿਸੇ ਨਾ ਕਿਸੇ ਥਾਂ 'ਤੇ ਕਿਆ ਸਟੇਟ ਬਹੁਤ ਨਲਾਇਕ ਹੈ ਕਿ ਸੈਂਟਰ ਨੂੰ ਬਹੁਤ ਜ਼ਿਆਦਾ ਦਖਲ ਦੇਣਾ ਪੈ ਰਿਹਾ ਕਰਪਸ਼ਨ ਦਾ ਐਂਡ ਹੋ ਹੀ ਨਹੀਂ ਰਿਹਾ ਉਹਦੇ ਪਿੱਛੇ ਕਈ ਰੀਜ਼ਨ ਨੇ ਸਾਰੇ ਆਪਾਂ ਬੁੱਧੀਜੀਵੀ ਹਾਂ ਸੋਚ ਸਕਦੇ ਹਾਂ ਜਿੱਥੋਂ ਤੱਕ ਤੁਸੀਂ ਰੈਫਰੈਂਡਮ 2020 ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਉਲਟਾ ਸਵਾਲ ਦਾ ਜਵਾਬ ਸਵਾਲ 'ਚ ਹੀ ਪੁੱਛਦਾ ਪ੍ਰਧਾਨ ਮੰਤਰੀ ਕੌਣ ਬਣਾਵਾਂਗੇ ਰਾਸ਼ਟਰਪਤੀ ਕੌਣ ਬਣਾਵਾਂਗੇ ਰੂਲਸ ਰੈਗੂਲੇਸ਼ਨ ਕੀ ਹੋਣਗੇ ਸਾਡੇ ਜ਼ਮੀਨ ਕਿੱਥੇ ਹੋਏਗੀ ਕਿਆ ਇਹ ਜ਼ਮੀਨ ਪੰਜਾਬ ਦੀ ਜ਼ਮੀਨ ਹੀ ਖਾਲਿਸਤਾਨ ਬਣੇਗੀ ਕਿਆ ਇਹ ਕੈਨੇਡਾ 'ਚ ਜ਼ਮੀਨ ਨਹੀਂ ਖਰੀਦੀ ਜਾ ਸਕਦੀ ਕਿਆ ਇੰਗਲੈਂਡ 'ਚ ਨਹੀਂ ਖਰੀਦੀ ਜਾ ਸਕਦੀ ਜ਼ਮੀਨ ਅਸੀਂ ਜਿੰਨੇ ਕੁ ਪੰਜਾਬੀ ਇੰਡੀਆ 'ਚ ਹਾਂ ਉਨੇ ਕੀ ਬਾਹਰ ਹਾਂ ਰਲ ਮਿਲ ਕੇ ਇੱਥੇ ਇੱਦਾਂ ਦਾ ਕੁਛ ਇਹੋ ਜਿਹੇ ਕੰਟਰੀ ਨੂੰ ਨਹੀਂ ਲੱਭ ਸਕਦੇ ਜਿੱਥੇ ਸਾਡੇ ਕੋਲ ਜਗ੍ਹਾ ਮਿਲ ਜੇ ਅਸੀਂ ਉੱਥੇ ਆਪਣਾ ਦੇਸ਼ ਬਣਾਈਏ ਸਾਡਾ ਵੀ ਜੀ ਕਰਦਾ ਅਸੀਂ ਆਪਣੇ ਹੱਕ ਨਾਲ ਜੀਏ ਸਿਰ ਚੜ੍ਹ ਕੇ ਜੀਏ ਮੈਂ ਇੱਥੇ ਥੋੜ੍ਹੀ ਜਿਹੀ ਗਲਤ ਗੱਲ ਕਰਨ ਲੱਗਾ ਪੰਜਾਬ ਦਾ ਹਿੰਦੂ ਦੋ ਪਾਸੇ ਮਰਦਾ ਪਿਆ ਮੇਰੇ ਵੀ ਪਰਿਵਾਰ 'ਚ ਕੁਛ ਸਰਦਾਰ ਨੇ ਮੇਰੇ ਮਾਮਾ ਜੀ ਸਰਦਾਰ ਨੇ ਪੱਗ ਬੰਨ੍ਹਦੇ ਆ ਅੱਜ ਹੀ ਮੈਂ ਆਪਣੇ ਮਕਾਨ ਮਾਲਕ ਨੂੰ ਕਹਿੰਦਾ ਸੀ ਮੈਂ ਸ਼ੀਸ਼ਾ ਉੱਚਾ ਵੱਡਾ ਸਾਰਾ ਲਾਉਣਾ ਕਹਿੰਦੇ ਪੁੱਤ ਤੈਨੂੰ ਕੀ ਲੋੜ ਆ ਮੈਂ ਕਿਹਾ ਮੇਰੇ ਪਰਿਵਾਰ 'ਚ ਵੀ ਸਹਿਜਧਾਰੀ ਬੰਦੇ ਨੇ ਜ਼ਰੂਰੀ ਨਹੀਂ ਕਿ ਮੈਂ ਵਾਲ ਕਟਾਏ ਦੇ ਸਾਰੇ ਇੱਦਾਂ ਦੇ ਨੇ ਅਤੇ
पंजाब दा हिंदू या पंजाब दा सिर वाला वाला तो वाल कट्टे वाला इंसान जदों दिल्लियों टपदा है उन्हूं दसना पैंदा मैं दिल्ली का पंजाबी हूँ। मैं जे पंजाब दा पंजाबी दसदा कहिंदा साला तू उधर दो तरह का पंजाबी है, तू भी सरदार है, एक ऐसा वाला एक ऐसा वाला। मीनस असी उत्थे तां मरदे हां कि असी वाल कटाए आ ते असी पंजाबी आ। पंजाब च सानूं कहा जांदा है कि असी हिंदू आ तुसीं बाहर निकलो, जो 1984 च या 80 च या उस तो पहला होया। पंजाब च रहा मैं, अमृतसर दा रहण वाला, दरबार साहब जी दे सामने साडा घर है रामानंद बाग च, मैं उत्थे बचपन खेडिया, असी सेवा कीती है, मेरा नाम उत्थों निकलिया, मेरे माँ प्यो दा नाम उत्थों निकलिया, शीशगंज साहब गुरुद्वारे चो मेरे मदर दा नाम निकलिया, परिवार साडा जुड़िया है। इहदा मतलब इह नहीं, पर असी किहदे लई लभदे पए आ? पहला खालिस्तान, पहला इह डिफाइन करिए, साडे साथी कौन होणगे और साडा कौन मुखी होएगा, की असी कानून बनावांगे, किनू असी की वादा देवांगे। जे तुसी वादा गरंटी दे दो, दुनिया पागल है तुहाडे नाल सब नाल जुड़न लई, जिथे उहनूं सच्चाई और हक मिलदा होवे उस पासे जाणगे। भुल जाओ कि आपां इक धर्म की गल करनी है, एक सबजैक्ट की गल करनी है, असी एक जे सच्चाई की गल कर रहे हां, गल उही है कि असी कहने कि शड्यूल कास्ट एक्ट बना दो, असी कहने इकनोमिकली वीकर विंग बनाओ जी, कि इकनोमिकली वीकर विंग कौन है, असी उहदे ते गल करिए। सो इस तरह असी मुद्दे ते गल करिए। मैं खालिस्तान के खिलाफ नहीं, मैं उहदी फेवर च नहीं, मैं चाहना मैनू, मैं सवाल पूछा तुहानू किनू बनाना जे प्रधानमंत्री, जवाब दिओ। सो जे मल्लन साहब तुसीं मेरे तो सवाल पूछा तो मैनू, वैसे मेरी पर्सनल राय हैगी, गल साहब तुसीं, तुहानू आवाज़ आ रही साडी? प्रधानमंत्री कौन होगा खालिस्तान का? क्योंकि जे आप महाराजा रणजीत सिंह दे समय दे चले जाइए, जिन्होंने सिख साम्राज स्थापित किया, नींह रखी सी, अफगानिस्तान तक जित दे झंडे गड्डे सन, ते उस वेले गोरिया ने इन्नी हिम्मत नहीं की कि सिख साम्राज तक जान। पर उस तो बाद जे आप सिख आगुआ की लीडर की गल करिए, बहुत सारे अजे लीडर आए जिन्होंने सब तो पहला तो गोरिया के अगे गोडे टेक दिते, वेचता जी, हाँ बिल्कुल वेचता जी। उस तो बाद आजादी की लड़ाई शुरू हुई, मैं पहला भी कई बार कह चुका, आजादी की लड़ाई के विच की होया कि बहुत सारे साढ़े पंजाबियों ने सिख भाईचारे ने यह लड़ाई बड़े ही वध चढ़ के लड़ी, तो आजादी की लड़ाई में सब तो वड्डा योगदान सी मतलब साडा। पर इस दे बावजूद भी उस तो बाद जो नाम चमकिया वह महात्मा गांधी का, नहरू जी का चमकिया, पर दूजे पासे भगत सिंह वर्गियां नूं हाले भी कई किताबां में टैरोरिस्ट किया जांदा है, मतलब कि इत्थे साडे जिहड़े सिख आगू सी ओह भी कमजोर पे। ते हुण तुसीं जे आपां अगे आ जांदे उस तो बाद 1978 दे विच निरंकार वाली घटना वापरदी है, उत्थे सारा कुछ वापरदा, उस तो बाद पंजाब दे काला दौर शुरू हुंदा है, ते काले दौर दे विच संत भिंडरा वाले दा उभार भी हुंदा है। उस समय दे विच इह वी मन्निया जांदा है कि कांग्रेस ने उन्हां नूं खड़ा कीता सी श्रोमणी अकाली दल नूं दबाउण दे लई, पर खैर जो भी सी। पर आप हूँ तक जिन्हें भी किताबा पढ़िया, मैं गर्ग साहब सवाल जरूर पूछूंगा, क्योंकि कितने भी यह नहीं कहा जाता कि संत जरनैल सिंह भिंडरां वाले ने खालिस्तान की मांग की थी, कभी भी नहीं, स्टेट की मांग की थी, उन्होंने हक की लड़ाई लड़ी है, फेडरल सिस्टम की मांग की थी, सानू हक वाधू दिता जाए। उन्होंने संत जरनैल सिंह भिंडरां वाले जो मैं अपने बुजुर्गों को पूछा तो उन्होंने भी कहा कि वह बंदा बहुत ही नाइस, बहुत ही चंगा इंसान से, उसनों हिंदू भी प्यार करते, मुसलमान भी प्यार करते, सिख भी प्यार करते। पर उस तो बाद जो अगले आगू से उन्होंने की किया कि जो अपना 1984 का ऑपरेशन ब्लू स्टार होंगे, तो उस तो बाद जोड़े कई तो अकाली लीडर अजय से ज सिख लीडर अजय से जिन्होंने बहुत कुछ मिल गया, जागीर भी मिल गया, पर जिन्होंने नहीं मिले तो उन्होंने खालिस्तान की मांग चुक ली थी। सो तुम पूछ रहे हो कि प्रधानमंत्री मैं अज तक भी बंदा अजिहा नज़र नहीं आया। जी आप श्री अकाल तख्त साहब के जथेदार की गल करिए, जो मैं बयान ही उन्होंने बचकाना जहाँ लग रहा है कि जो खालिस्तान मिल जाता तो बड़ी वधिया गल होगी, नहीं तो कोई चक्कर नहीं, जो खालिस्तान के नारे लग रहे, मतलब कि उन्होंने कोई सिद्धांत या दलील नज़र नहीं आ रही। तो SGPC के प्रधान की स्टेटमेंट आती है कि जो तुम ठेके खोल देते तो गुरुद्वारे क्यों नहीं खोलते, मतलब कि गंदी जी नूं धर्मस्थाना बुलाता, मैनूं जरूर करदे ने, मैनूं हाले तक कोई भी अजिहा आगू नजर नहीं आया। गर्ग साहब मैं तुहानूं जरूर पुछना कि तुहानूं कोई वाकई अजिहा आगू जां लीडर लगदा है कि जो वाकई जे जिहड़ी डिमांड हो रही है उसकी अगवाई कर सकदा है जी? देखो दो गल्लां दा आपां डिफरेंशिएट करिए, एक तो मैं इस गल दे उत्ते डिफर करदा वी स्टेटां नलायक ने, स्टेटां नूं नलायक है, तुसीं किसे बच्चे नूं पढ़न लाओ ते पुछो कहदा नलायक है, पढ़ाओ ना, स्टेटां दे सारे अधिकार खोहे गए ने, स्टेटां दा सारा रेवेन्यू तुसीं सेंटर ने इकट्ठा कर लिया, शर्तां सेंटर लाउण लग गया, स्टेट बेचारी की करे? यह जिहड़ा मुख्यमंत्री की गल कही है ये कॉन्स्टिट्यूशन मिस इंटरप्रेट करते सी, किवें करते सी, जिहड़ा NRC दे बारे सीगा जिहड़ा इत्थे असैंबली मता पास होया वी असीं नहीं लागू करांगे,
ਇਹ ਕਰ ਸਕਦੇ ਸੀ ਪਾਸ? ਇੱਥੇ ਬਥੇਰਿਆਂ ਨੇ ਕਿਹਾ ਜੀ ਜਦ ਪਾਰਲੀਮੈਂਟ ਦੇ ਐਕਟ ਨੂੰ ਚੈਲੰਜ ਕਰਨ ਦਾ ਪ੍ਰਾਵਧਾਨ ਹੈ ਕਾਨਸਟੀਟਿਊਸ਼ਨ ਦੇ ਵਿੱਚ ਹੀ, ਜੇ ਤੁਸੀਂ ਪਾਰਲੀਮੈਂਟ ਦੇ ਬਣਾਏ ਹੋਏ ਐਕਟ ਨੂੰ ਸੁਚੇਤਾ ਇੱਕ ਸਟੇਟ ਜਾਂ ਮਲਟੀਪਲ ਸਟੇਟ ਨੂੰ ਚੈਲੰਜ ਕਰ ਸਕਦੀਆਂ ਨੇ। ਅਸੀਂ ਉਹ ਅਧਿਕਾਰ ਤਾਂ ਦੇਖੀ ਜਾਂਦੇ ਹਾਂ ਕਿ ਪਾਰਲੀਮੈਂਟ ਦਾ ਅਧਿਕਾਰ ਹੈ ਐਕਟ ਬਣਾਉਣ ਦਾ ਤੇ ਉਹ ਲਾਗੂ ਕਰਨਾ ਪਏਗਾ। ਅਸੀਂ ਇਹ ਦੇਖਦੇ ਨੇ ਵੀ ਜੇ ਸਟੇਟਾਂ ਦਾ ਇਤਰਾਜ਼ ਹੋਵੇ ਉਹ ਸੁਪਰੀਮ ਕੋਰਟ ਜਾ ਸਕਦੀਆਂ ਨੇ, ਉਹਨਾਂ ਅਸੀਂ ਕਹਿ ਜਾਂਦੇ ਗਲਤ ਹੈ। ਸੋ ਸਾਨੂੰ ਕਾਨਸਟੀਟਿਊਸ਼ਨ ਨੂੰ ਸਾਨੂੰ ਐਜ਼ ਅ ਇੰਡੀਅਨ ਸਿਟੀਜ਼ਨ ਸਾਨੂੰ ਪ੍ਰੋਪਰਲੀ ਦੇਖਣਾ ਪਏਗਾ। ਇਹ ਨਹੀਂ ਵੀ ਅਸੀਂ ਸਾਡੀ ਆਪਦੀ ਇੱਥੇ ਕਿਹਾ ਜਾ ਰਿਹਾ ਵੀ ਹਿੰਦੂਆਂ ਨੂੰ ਜਿਹੜੀ 1961 ਦੀ ਮਰਦਮਸ਼ੁਮਾਰ ਦੇ ਵਿੱਚ ਹਿੰਦੀ ਬੋਲੀ ਲਿਖਾਈ ਗਈ ਉਹ ਕਿਹਨੇ ਲਿਖਾਈ ਸੀ? ਉਹ ਸਿੱਖਾਂ ਨੇ ਲਿਖਾਈ ਸੀ। ਉਹ ਕਿਹਨੇ ਲਿਖਾਈ ਗਈ? ਜਿਹੜਾ ਪੰਜਾਬ ਨੂੰ ਚੰਡੀਗੜ੍ਹ ਨਹੀਂ ਮਿਲਿਆ ਉਹ ਸਿੱਖਾਂ ਨੇ ਨਹੀਂ ਲਿਆ। ਜਿਹੜਾ ਪੰਜਾਬ ਦਾ ਪਾਣੀ ਜੇ ਆਪਣਾ ਯਮੁਨਾ ਦਾ ਪਾਣੀ ਤਾਜੇਵਾਲ ਹੈਡਵਰਕਸ ਦਾ ਪਾਣੀ ਹਰਿਆਣੇ ਨੂੰ ਮਿਲਦਾ ਕਿਉਂਕਿ ਹਰਿਆਣਾ ਰਿਫੇਰੀਆਂ ਉਹਦਾ, ਤੇ ਬਿਆਸ ਤੇ ਸਤਲੁਜ ਦਾ ਪਾਣੀ ਪੰਜਾਬ ਦਾ ਕਿਉਂ ਨਾ ਹੋਵੇ? ਫਿਰ ਤੁਸੀਂ ਨਹੀਂ ਨਹੀਂ ਦੂਜੇ ਨੂੰ ਵੀ ਮਿਲਣਾ ਚਾਹੀਦਾ, ਫਿਰ ਉਹਦੇ ਚ ਵੀ ਮਿਲ ਜੇ ਨਾ ਦੋਨੋਂ ਪਾਸੇ ਬਰਾਬਰੀ ਹੋਣੀ ਚਾਹੀਦੀ ਹੈ। ਮੈਂ ਬੇਨਤੀ ਕਰਦਾ ਇਹ ਘੱਕਰ ਦੇ ਸਾਂਝਾ ਸਾਨੂੰ ਬਿਲਕੁਲ ਬੈਲੈਂਸ ਚ ਰਹਿਣਾ ਪਏਗਾ। ਅਸੀਂ ਕਹੀ ਜਾਣਾ ਫਲਾਣੇ ਨਾਲ ਧੱਕਾ ਹੋ ਗਿਆ, ਕਿਹੜੇ ਹਿੰਦੂ ਨਾਲ ਧੱਕਾ ਹੋਇਆ ਪੰਜਾਬ ਚ? ਇਹ ਠੀਕ ਹੈ ਉਦੋਂ ਜਿਹੜਾ ਟੈਰੋਰਿਜ਼ਮ ਦੇ ਵਿੱਚ ਧਰ ਦੀ ਕਿਤਾਬ ਹੈ ਜੁਆਇੰਟ ਡਾਇਰੈਕਟਰ ਰਿਹਾ ਉਹ ਆਈ ਬੀ ਦਾ, ਪੜ੍ਹ ਕੇ ਦੇਖ ਲਓ ਵੀ ਕਿੰਨੇ ਕਿੰਨੀਆਂ ਏਜੰਸੀਆਂ ਉਹਦੇ ਵਿੱਚ ਸ਼ਾਮਲ ਸੀਗੀਆਂ, ਕਿੰਨੀਆਂ ਏਜੰਸੀਆਂ ਖੁਦ ਹਥਿਆਰ ਸਪਲਾਈ ਕਰਦੀਆਂ ਸੀਗੀਆਂ। ਕਿਤਾਬ ਪੜ੍ਹੋ ਨਾ ਜਾਂ ਉਹਨੂੰ ਚੈਲੰਜ ਕਰੋ। ਨਹੀਂ ਨਹੀਂ ਸਰ ਜਾਂ ਉਹਨੂੰ ਚੈਲੰਜ ਕਰੋ, ਮੈਂ ਨੈਗੇਟਿਵ ਨਹੀਂ ਹਾਂ। ਮੇਰੀ ਬੇਨਤੀ ਹੈ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਜੀ, ਕਿਵੇਂ ਭਾਰਤ ਦੀ ਉਹ ਕਿਤਾਬ ਹੈ ਉਹ ਸਰਕਾਰ ਦਾ ਅਧਿਕਾਰੀ ਰਿਹਾ ਆਈ ਬੀ ਦਾ ਅਧਿਕਾਰੀ ਰਿਹਾ, ਉਹਨੇ ਕਦੇ ਕਦੇ ਇੰਸੀਡੈਂਟ ਦੇ ਨਾਲ ਲਿਖਿਆ ਵੀ ਕੌਣ ਕਿਵੇਂ ਕਿਵੇਂ ਪੈਨੀਟੇਟ ਕਰਿਆ ਜਾਂਦਾ ਸੀ? ਉਹ ਕਿਤਾਬ ਪੜ੍ਹ ਲਓ, ਉਹਦੇ ਚ ਪੁੱਛ ਲਓ ਵੀ ਐਂ ਕਿਉਂ ਹੁੰਦਾ ਸੀ ਫਿਰ, ਕਿਉਂ ਏਜੰਸੀਆਂ ਪੈਨੀਟੇਟ ਕਰਦੀਆਂ ਸੀ? ਤੋ ਇਹ ਬੜਾ ਸੌਖਾ ਹੁੰਦਾ ਕਹਿਣਾ। ਗੱਲ ਇਹ ਹੈ ਕਿ ਜਿੰਨਾ ਚਿਰ ਹਾਂ ਹੁਣ ਜਿਵੇਂ ਅਕਾਲ ਤਖ਼ਤ ਦੇ ਜਥੇਦਾਰ ਦੀ ਤੁਸੀਂ ਗੱਲ ਕਰਦੇ ਹੋ, ਜਥੇਦਾਰ ਸਾਹਿਬ ਨੇ ਕਹਿਤਾ ਤੁਹਾਡੇ ਖਰਚ ਉਹਨਾਂ ਨੇ ਆਪ ਹੀ ਕਹਿਤਾ, ਇਹ ਆਪ ਹੀ ਕਈ ਵਾਰੀ ਭਾਰਤ ਦੇ ਵਿੱਚ ਹੁਣ ਵੀ ਰੌਲਾ ਪਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਹ ਟੈਰੋਰਿਸਟ ਦਿਖਾ ਦਿਓ, ਕਿਉਂਕਿ ਦੂਜੇ ਪਾਸੇ ਖਾਲਸਾ ਏਡ ਵਾਲਿਆਂ ਨੇ ਇਹ ਦਿਖਾਤਾ ਵੀ ਜਿੱਥੇ ਮਰਜ਼ੀ ਕਿਤੇ ਲੋਕਾਂ ਤੇ ਜ਼ੁਲਮ ਹੁੰਦਾ ਹੈ ਲੋਕ ਭੁੱਖੇ ਨੇ ਅਸੀਂ ਜਾ ਕੇ ਖੜ ਕੇ ਉਹਨਾਂ ਨੂੰ ਖਾਣਾ ਦੇਵਾਂਗੇ, ਅਸੀਂ ਲੰਗਰ ਚਲਾਵਾਂਗੇ, ਇਹਦਾ ਮਤਲਬ ਉਹਨਾਂ ਨੂੰ ਇਹ ਪ੍ਰੋਜੈਕਟ ਕਰੋ ਵੀ ਇਹ ਤਾਂ ਟੈਰੋਰਿਸਟ ਨੇ ਜੀ। ਬਹੁਤ ਜਗ੍ਹਾ ਤੇ ਬਹੁਤ ਸਾਰੀਆਂ ਏਜੰਸੀਆਂ ਨਹੀਂ, ਤੁਹਾਡੇ ਖਿਆਲ ਤੇ ਕੱਲ੍ਹ ਤੱਕ ਤੇ ਜਥੇਦਾਰ ਸਾਹਿਬ ਆਪੇ ਬਿਆਨ ਦੇ ਦੇਣਗੇ ਇੱਦਾਂ ਹੀ। ਤੁਹਾਨੂੰ ਕੀ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਕਿਵੇਂ ਆਇਆ, ਇਹਦੇ ਪਿੱਛੇ ਕਿੰਨਾ ਹੋ ਸਕਦਾ? ਤੁਸੀਂ ਦੇਖੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਬਿਆਨ ਹੈ, ਜਥੇਦਾਰ ਸਾਹਿਬ ਅਜੇ ਐਕਟਿੰਗ ਨੇ, ਇਹਨਾਂ ਨੂੰ ਲਾਉਣਾ ਕੌਣ ਹੈ? ਜਥੇਦਾਰ ਸਾਹਿਬ ਨੂੰ ਕੌਣ ਲਾਉਂਦੇ ਨੇ ਜਿਹੜੇ ਸਰਕਾਰ ਚ ਨੇ ਕੇਂਦਰ ਦੀ ਚ, ਜਿਹੜੇ ਸਰਕਾਰ ਦੀ ਰੋਜ਼ ਤਾਰੀਫ ਕਰਦੇ ਨੇ? ਅਜੇ ਐਕਟਿੰਗ ਹੀ ਲਾ ਕੇ ਰੱਖਿਆ ਹੋਇਆ ਹੈ, ਅਜੇ ਤਾਂ ਪੱਕੇ ਨਹੀਂ ਲਾਏ ਹੋਏ। ਜਿਹਨਾਂ ਦਾ ਤੁਸੀਂ ਨਾਮ ਲੈ ਰਹੇ ਹੋ ਤਾਂ ਸਿੱਧਾ ਹੀ ਮੰਨਦੇ ਨੇ ਕਿ ਐਜੀਪੀਸੀ ਤੇ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਦਾ ਇੱਕੋ ਹੀ ਹੈਗੇ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿੰਨੀ ਵਾਰੀ ਕਹਿ ਚੁੱਕਿਆ ਮੰਨ ਚੁੱਕਿਆ। ਮੈਂ ਇਹੀ ਕਹਿਣਾ ਫਿਰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਸਿੱਧਾ ਹੋ ਕੇ ਵੀ ਅਸੀਂ ਖਾਲਿਸਤਾਨ ਮੰਗਦੇ ਹਾਂ, ਕਹੇ ਇਹ ਤਾਂ ਆਨੰਦਪੁਰ ਦਾ ਮਤਾ ਨਹੀਂ ਮੰਗਦੇ। ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਸਿੱਖਾਂ ਨੂੰ ਖਾਸ ਕਰਕੇ ਟੈਰੋਰਿਸਟ ਪ੍ਰੋਜੈਕਟ ਕਰਨ ਵਾਸਤੇ ਹੈ, ਕਿਉਂਕਿ ਸਿੱਖਾਂ ਦਾ ਇਮੇਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਬਹੁਤ ਵਧੀਆ ਹੋਇਆ ਕਿ ਇਹਨਾਂ ਨੇ ਹਰ ਜਗ੍ਹਾ ਦੇ ਉੱਤੇ ਜ਼ੁਲਮ ਦਾ ਮੁਕਾਬਲਾ ਕਰਿਆ, ਇਹਨਾਂ ਨੇ ਹਰ ਜਗ੍ਹਾ ਤੇ ਦੁਖੀ ਦਾ ਦੀਨ ਦੀ ਮਦਦ ਕਰੀ ਹੈ, ਲੰਗਰ ਪਹੁੰਚਾਇਆ ਬਿਨਾਂ ਕਿਸੇ ਧਰਮ ਦੇ ਬਿਨਾਂ ਕਿਸੇ ਜਾਤ ਦੇ ਬਿਨਾਂ ਕਿਸੇ ਬੋਲੀ ਦੇ ਵਿਤਕਰੇ ਦੇ ਨਾਲ, ਤੇ ਇਹ ਜਾ ਕੇ ਖੜੇ ਹੋਏ ਨੇ। ਉਹ ਜਿਹੜਾ ਇਮੇਜ ਬਣੇ ਆ ਉਸ ਇਮੇਜ ਨੂੰ ਤੋੜ ਕੇ ਵੀ ਇਹ ਤਾਂ ਬਹੁਤ ਮਾੜੇ ਨੇ, ਇਹ ਤਾਂ ਹਰੇਕ ਨੂੰ ਮਾਰਨਾ ਚਾਹੁੰਦੇ ਨੇ। ਸੋ ਇਹੋ ਜਿਹੀਆਂ ਏਜੰਸੀਆਂ ਦੀ ਸਾਨੂੰ ਧਿਆਨ ਰੱਖਣਾ ਪਏਗਾ, ਅਸੀਂ ਸਾਰੇ ਪੰਜਾਬੀ ਹਾਂ। ਮੈਂ ਇੱਕ ਸਵਾਲ ਹੈ ਮੇਰਾ ਵੀ ਜੇ ਲੈਂਗੁਏਜ ਸ਼ੈਡਿਊਲ ਦੇ ਵਿੱਚ ਪੰਜਾਬੀ ਲੈਂਗੁਏਜ ਸੀ ਤਾਂ 14 ਲੈਂਗੁਏਜ ਸੀਗੀਆਂ, ਪੰਜਾਬੀ ਵੀ ਉਹਦੇ ਵਿੱਚ ਸੀ, ਤੇ ਪੰਜਾਬ ਨੂੰ ਪੰਜਾਬੀ ਸੂਬਾ ਲੈਣ ਵਾਸਤੇ ਇਹ 18 ਸਾਲ 19 ਸਾਲ ਸਟਰਗਲ ਕਿਉਂ ਕਰਨਾ ਪਿਆ? 1166 ਨੂੰ ਕਿਉਂ ਬਣਦਾ ਉਹ ਸੂਬਾ? ਪਹਿਲਾਂ ਕਿਉਂ ਨਾ ਬਣੇ? ਪਹਿਲਾਂ ਦੋ ਭਾਸ਼ੀ ਸੂਬਾ ਕਿਉਂ ਰੱਖਿਆ? ਤਿੰਨ ਭਾਸ਼ੀ ਫਾਰਮੂਲਾ ਕਿਉਂ ਰਹੇਗਾ? ਕਿਹਨੇ ਕਰੇ? ਸੋ ਸਾਨੂੰ ਜਦ ਤੱਕ ਅਸੀਂ ਨਾ ਦੱਸ ਇਤਿਹਾਸ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੀ ਰਿਐਲਿਟੀ ਹੈ, ਜੇ ਘਰ 'ਚ ਇੱਕ ਬੱਚੇ ਨੂੰ ਤੁਸੀਂ ਰੋਟੀ ਵੀ ਨਾ ਦਿਓ, ਉਹਦੇ ਨਾਲ ਲੜਾਈ ਕਰੀ ਜਾਓ, ਉਹਨੂੰ ਪੜ੍ਹਨ ਦਾ ਮੌਕਾ ਹੀ ਨਾ ਦਿਓ, ਫਿਰ ਉਹ ਲੜ ਪੈਂਦਾ ਕਹਿੰਦਾ ਮੇਰੇ ਭਾਂਡੇ ਵੱਖਰੇ ਕਰੋ। ਸਾਹਿਬ ਇੱਕ ਸਵਾਲ ਮੇਰਾ ਜ਼ਰੂਰ ਹੈਗਾ ਤੁਹਾਨੂੰ, ਜੇ ਤੁਸੀਂ ਕਹਿ ਰਹੇ ਹੋ ਕਿ ਸ਼੍ਰੀ ਅਕਾਲ ਸਾਹਿਬ ਦੇ ਜਥੇਦਾਰ ਦਾ ਜਿਹੜਾ ਬਿਆਨ ਆਇਆ ਖਾਲਿਸਤਾਨ ਦੇ ਹੱਕ ਦੇ ਵਿੱਚ, ਜੇ ਤੁਸੀਂ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੀ ਗੱਲ ਕਰ ਲਈਏ ਕਿ ਉਹ ਉਹਨਾਂ ਦੇ ਕਹਿਣ ਤੇ ਦਿੱਤਾ ਹੋ ਸਕਦਾ, ਜਾਂ ਤੁਸੀਂ ਸੈਂਟਰ ਦੇ ਗੱਲ ਕਰ ਰਹੇ ਹੋ ਤੇ ਸੈਂਟਰ ਦੇ ਕਹਿਣ ਤੇ ਦਿੱਤਾ ਹੋ ਸਕਦਾ, ਜਾਂ ਏਜੰਸੀਆਂ ਦੇ ਕਹਿਣ ਤੇ ਕਿਸੇ ਦੇ ਵੀ ਹੋ ਸਕਦਾ, ਪਰ ਇਹਨਾਂ ਦੇ ਵਿੱਚੋਂ ਆਪਾਂ ਜੇ ਭਾਜਪਾ ਦੀ ਗੱਲ ਕਰੀਏ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਇਹਨਾਂ ਨੂੰ ਫਾਇਦਾ ਵਿੱਚੋਂ ਕੀ ਨਜ਼ਰ ਆਉਂਦਾ? ਕਿਉਂਕਿ ਸਿਆਸਤਦਾਨ ਤਾਂ ਹਮੇਸ਼ਾ ਹੀ ਆਪਣਾ ਫਾਇਦਾ ਪਾਲਦੇ ਨਾ, ਇਸ ਨਾਲ ਤਾਂ ਨੁਕਸਾਨ ਹੋ ਸਕਦਾ ਇਹਨਾਂ ਨੂੰ? ਇਹਨਾਂ ਨੂੰ ਫਾਇਦਾ ਇਹ ਹੈ ਕਿ ਬੀਜੇਪੀ ਦੀ ਵੋਟ ਤਾਂ ਅਕਾਲੀਆਂ ਨੂੰ ਪੈਣੀ ਪੈਣੀ ਹੈ, ਅਕਾਲੀ ਸਿੱਖਾਂ ਦੀ ਵੋਟ ਲੈਣ ਵਾਸਤੇ ਹੁਣ ਆਈਸੋਲੇਟ ਹੋਏ ਹੋਏ ਸੀ,
ਉਹਦੇ ਤੇ ਜਿਹੜਾ ਸੀ ਬਰਗਾੜੀ ਕਾਂਡ ਸੀ ਉਹਦੇ 'ਚ ਆਈਸੋਲੇਟ ਹੋਏ ਸੀ, ਕਿੰਨੀਆਂ ਚੀਜ਼ਾਂ 'ਤੇ ਆਈਸੋਲੇਟ ਹੋਏ ਸੀ, ਇਹਨਾਂ ਦੀ ਇੰਟਰਨਲ ਫਾਈਟ ਇੱਡੀ ਵੱਡੀ ਸੀ ਵੀ ਉਹਦੇ ਵਿੱਚੋਂ ਇਹ ਸਿੱਖਾਂ ਦੀ ਵੋਟ ਆ ਜੇ ਸੈਂਟੀਮੈਂਟਲ ਕਰਕੇ ਇਹ। ਤੁਸੀਂ ਮੈਨੂੰ ਐਂ ਦੱਸੋ ਕੇਂਦਰ 'ਚ ਵਜ਼ੀਰ ਹੋਵੇ ਤੇ ਕੇਂਦਰ ਦੀ ਮੋਦੀ ਸਰਕਾਰ ਦੀ ਰੋਜ਼ ਇੱਜ਼ਤ ਕਰਦੇ ਹੋਣ, ਕਰਨੀ ਵੀ ਚਾਹੀਦੀ ਹੈ ਜਦ ਤੁਸੀਂ ਵਜ਼ੀਰ ਹੋ, ਤੇ ਉਹ ਕੇਂਦਰ ਦੀ ਸਰਕਾਰ ਦਾ ਜਿਹੜੇ ਐਸ ਡੀ ਪੀ ਸੀ ਜਿਹਨਾਂ ਦਾ ਕਬਜ਼ਾ ਹੈ, ਜਿਹਨਾਂ ਦਾ ਅਕਾਲ ਤਖ਼ਤ ਤੇ ਕਬਜ਼ਾ ਹੈ, ਤੇ ਉਹ ਅਕਾਲ ਤਖ਼ਤ ਤੇ ਬਿਆਨ ਦੇਵੇ ਸਾਨੂੰ ਖਾਲਿਸਤਾਨ ਚਾਹੀਦਾ। ਜਿਹੜਾ ਕਿ ਸਾਡਾ ਸੰਵਿਧਾਨ ਵਾਲਾ ਉਹ ਨਹੀਂ ਕਰਦਾ, ਜਿਹੜਾ ਜਿਹੜੀ ਐਸ ਡੀ ਪੀ ਸੀ ਹੈ ਉਹ ਸੰਵਿਧਾਨ ਦੇ ਐਕਟ ਦੇ ਮੁਤਾਬਕ ਬਣੀ ਹੈ। ਜਿਹਨਾਂ ਜਿਹੜਾ ਬੰਦਾ ਐਕਟ ਤੋਂ ਬਾਹਰ ਬੈਠਾ ਕੁਛ ਵੀ ਕਹਿੰਦਾ ਉਹ ਕੁਛ ਵੀ ਕਹਿ ਸਕਦਾ ਹੈ, ਪਰ ਜਿਹੜਾ ਐਕਟ ਦੇ ਵਿੱਚ ਬੈਠਾ ਹੈ ਉਹ ਐਕਟ ਦੇ ਵਿੱਚ ਬੈਠ ਕੇ ਕਹੇ ਵੀ ਸਾਨੂੰ ਖਾਲਿਸਤਾਨ ਦੇ ਦਿਓ। ਫਰੀਡਮ ਆਫ ਸਪੀਚ ਦਾ ਨਾਮ ਬਦਲਣ ਦਾ ਅਧਿਕਾਰ ਦਿੰਦਾ ਹੈ, ਸਟੇਟ ਦੀਆਂ ਟੈਰੀਟਰੀਜ਼ ਟੈਰੀਟੋਰੀਅਲ ਜੁਰੀਡਿਕਸ਼ਨ ਬਦਲਣ ਦਾ ਅਧਿਕਾਰ ਦਿੰਦਾ ਹੈ, ਸਾਡਾ ਕੌਨਸਟੀਟਿਊਸ਼ਨ ਇਸ ਗੱਲ ਦਾ ਅਧਿਕਾਰ ਦਿੰਦਾ ਹੈ ਕਿ ਕਿਹੜੀਆਂ ਪਾਵਰਾਂ ਸਟੇਟ ਕੋਲ ਹੋਣਗੀਆਂ, ਕਿਹੜੀਆਂ ਸੈਂਟਰ ਕੋਲ ਹੋਣਗੀਆਂ, ਇਹਨਾਂ ਨੂੰ ਆਪਸ ਵਿੱਚ ਬਦਲਿਆ ਜਾ ਸਕਦਾ ਹੈ। ਗਰਗ ਸਾਹਿਬ ਇੱਕ ਅਹਿਮ ਸਵਾਲ, ਇੱਕ ਅਹਿਮ ਸਵਾਲ ਇਹ ਪੈਦਾ ਹੁੰਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਗੁਰਪਤਵੰਤ ਸਿੰਘ ਪੰਨੂ ਜੋ ਸਿੱਖ ਫਾਰ ਜਸਟਿਸ ਦੇ ਆਗੂ ਨੇ, ਜਦੋਂ ਵੀ ਉਹਨਾਂ ਨੇ ਰੈਫਰੈਂਡਮ 2020 ਦੀ ਗੱਲ ਕੀਤੀ ਹੈ ਜਾਂ ਖਾਲਿਸਤਾਨ ਦੀ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਡਿਮਾਂਡ ਉੱਠੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਧੜੱਲੇ ਨਾਲ ਜਵਾਬ ਦਿੱਤਾ, ਕਰਾਰਾ ਜਵਾਬ ਦਿੱਤਾ, ਅਤੇ ਨਾਲ ਇਹ ਵੀ ਕਿਹਾ ਕਿ ਤੁਹਾਡੇ 'ਤੇ ਕਾਰਵਾਈ ਕਰਾਂਗੇ, ਤੁਸੀਂ ਪੰਜਾਬ ਵੜ ਕੇ ਦੇਖੋ। ਅਤੇ ਇੱਥੇ ਪੰਜਾਬ ਦੇ ਵਿੱਚ ਹੀ ਹੁਣ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਹ ਬਿਆਨ ਦਿੱਤਾ ਅਤੇ ਸ਼ਰੇਆਮ ਖਾਲਿਸਤਾਨ ਦੇ ਪੱਖ ਦੇ ਵਿੱਚ ਨਿਤਰੇ ਨੇ ਉਹ, ਅਤੇ ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨਗੇ? ਸੰਵਿਧਾਨ ਤਾਂ ਸਾਨੂੰ ਸਾਰਿਆਂ ਨੂੰ ਬਰਾਬਰ ਦਾ, ਤੁਸੀਂ ਖੁਦ ਕਹਿ ਰਹੇ ਹੋ ਨਾ ਐਨਜੀਪੀਸੀ 1925 ਦੇ ਐਕਟ ਦੇ ਅਕੋਰਡਿੰਗ ਬਣੀ ਹੈ, ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਆਪਾਂ, ਪਰ ਇਹ ਮੰਨੀਏ ਜੇ ਉਹਨੇ ਬਰਖਿਲਾਫ ਬਿਆਨ ਦਿੱਤਾ ਤੇ ਸਟੇਟ ਕੋਲ ਵੀ ਪਾਵਰ ਆ ਉਹਦੇ ਖਿਲਾਫ ਐਕਸ਼ਨ ਲੈਣ ਦੀ, ਤੇ ਜੇ ਫੇਵਰ ਚ ਦਿੱਤਾ ਤੇ ਆਪਾਂ ਉਧਰ ਚੱਲੀਏ। ਬਿਲਕੁਲ ਮਲਾ ਸਾਹਿਬ, ਤੁਹਾਡੇ ਨਾਲ ਮੈਂ ਅੱਜ ਗਰਗ ਸਾਹਿਬ ਇੰਤੀ ਤਾਂ ਸੁਣ ਦੋ ਨਾ, ਮੈਂ ਜਿਹੜੀ ਕਹਿਣਾ ਵੀ ਜਿਹੜੀ ਉਹਦੀ ਅਪਾਇੰਟਿੰਗ ਅਥਾਰਟੀ ਆ ਪਹਿਲਾਂ ਉਹ ਐਕਸ਼ਨ ਦੇਵੇ, ਉਹਦੀ ਅਪਾਇੰਟਿੰਗ ਅਥਾਰਟੀ ਅੰਦਰ ਦੀ ਐਕਟ ਕੌਨਸਟੀਟਿਊਸ਼ਨ ਹੈ ਜੀ, ਇਹ ਬਿਆਨ ਕੌਨਸਟੀਟਿਊਸ਼ਨ ਦੇ ਉਲਟਾ ਹੈ। ਠੀਕ ਹੈ, ਮੈਂ ਕੌਨਸਟੀਟਿਊਸ਼ਨ ਦੇ ਅੰਦਰ ਕੋਈ ਕੰਮ ਕਰ ਰਿਹਾ, ਮੈਂ ਉਹਦੇ ਉਲਟ ਬਿਆਨ ਦੇ ਮਾਤਾ, ਮੇਰੀ ਜਿਹੜੀ ਅਪਾਇੰਟਿੰਗ ਅਥਾਰਟੀ ਉਹ ਮੇਰੇ 'ਤੇ ਐਕਸ਼ਨ ਲਏਗੀ ਪਹਿਲਾਂ, ਸਰਕਾਰ ਜੀ ਤਾਂ ਬਾਅਦ 'ਚ ਬਾਰੀ ਆਉਂਦੀ ਹੈ ਨਾ। ਇਸ ਕਰਕੇ ਆਪਾਂ ਇਸ ਨੂੰ ਐਂ ਉਲਝਾਈਏ ਨਾ ਮਾਮਲੇ ਨੂੰ, ਇਹ ਗੱਲ ਸੱਚੀ ਹੈ ਵੀ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਕੀ ਕੈਪਟਨ ਅਮਰਿੰਦਰ ਸਿੰਘ ਠੀਕ ਕਹਿੰਦੇ ਨੇ, ਜੇ ਕੋਈ ਬੰਦਾ ਆ ਕੇ ਪੰਜਾਬ ਨੂੰ ਇਸ ਨੂੰ ਹਿੰਦੁਸਤਾਨ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤੇ ਕੈਪਟਨ ਅਮਰਿੰਦਰ ਸਿੰਘ, ਹਾਲਾਂਕਿ ਮੈਂ ਕੋਈ ਅਮਰਿੰਦਰ ਸਿੰਘ ਨੇ ਕੋਈ ਬਹੁਤ ਵਧੀਆ ਕੰਮ ਨਹੀਂ ਕਰਿਆ ਪਿੱਛੇ ਆਪਦੀ ਸਾਰੀ ਸਰਕਾਰ 'ਚ, ਕੋਈ ਮੈਂ ਉਹਦਾ ਸਪੋਰਟਰ ਨਹੀਂ ਹਾਂ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿੰਦਾ ਤਾਂ ਰਾਈਟ ਹੀ ਹੈ, ਉਹ ਚੀਫ ਮਿਨਿਸਟਰ ਸਟੇਟ ਦਾ, ਉਹ ਕਿਵੇਂ ਇਹ ਗੱਲ ਕਰ ਸਕਦਾ ਵੀ ਦੇਸ਼ ਦੇ ਕੋਈ ਟੁੱਟ ਕਰਨ ਨੂੰ ਤਿਆਰ ਹੋਵੇ। ਇੱਥੇ ਗਰਗ ਸਰ ਮੈਂ ਥੋੜ੍ਹਾ ਜਿਹਾ ਐਡ ਕਰਨਾ ਚਾਹੁੰਦਾ, ਤੁਹਾਡੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ ਜੀ, ਅਗਰ ਮੰਨ ਲਓ ਮੇਰੀ ਗਵਰਨਿੰਗ ਬਾਡੀ ਮੇਰੇ ਨਾਲ ਅੰਦਰ ਖਾਤੇ ਮੰਨ ਲੈਂਦਾ ਮੈਂ ਰਲੀ ਹੈ, ਮੈਂ ਐਡਵੋਕੇਟ ਹਾਂ ਅਤੇ ਮੇਰੀ ਬਾਰ ਕੌਂਸਲ ਮੇਰੇ ਨਾਲ ਹੈ ਅਤੇ ਮੇਰੇ ਕੋਲੋਂ ਕੋਈ ਬਿਆਨ ਦਵਾ ਦਿੰਦੀ ਉਹ ਮੇਰੇ 'ਤੇ ਐਕਸ਼ਨ ਨਹੀਂ ਲੈਂਦੀ, ਕਿਆ ਕੋਈ ਬਾਈਂਡਿੰਗ ਹੈ ਸਟੇਟ ਗੌਰਮੈਂਟ ਕੋਲ ਕਿ ਉਹ ਮੈਨੂੰ ਕੁਛ ਨਹੀਂ ਕਹੇਗੀ? ਕਿਆ ਉਹ ਕਹਿ ਸਕਦੀ ਹੈ, ਇੱਕ ਮਿੰਟ, ਸਟੇਟ ਗੌਰਮੈਂਟ ਕਹਿ ਸਕਦੀ ਹੈ ਨਾ ਮੈਨੂੰ ਜੇ ਮੈਂ ਕੋਈ ਸੰਵਿਧਾਨ ਦੇ ਖਿਲਾਫ ਬੋਲਦਾ ਤੇ ਜਿਹੜੀ ਧਾਰਾ ਦੇਸ਼ ਦਰੋਹੀ ਬਣੀ ਹੈ ਕਿਆ ਉਹ ਮੇਰੇ 'ਤੇ ਲੱਗ ਸਕਦੀ ਹੈ ਕਿ ਨਹੀਂ? ਸੈਂਟਰਲ 'ਚ ਮੇਰੇ ਵੀ ਪੰਜਾਬ 'ਚੋਂ ਐਮ ਪੀ ਗਏ ਨੇ, ਬਰਾਬਰ ਹੈ ਨਹੀਂ ਜੀ? ਨਹੀਂ, ਜੇ ਮੈਂ ਕੋਈ ਐਸੇ ਬਿਆਨ ਦਿੰਦਾ ਜਿਹੜੇ ਭਾਰਤ ਦੇ ਸੰਵਿਧਾਨ ਦੇ ਖਿਲਾਫ਼ ਨੇ, ਜਿਹੜੇ ਇਨ ਲਾਰਜ ਪਬਲਿਕ ਇੰਟਰਸਟ ਇਨ ਲਾਰਜ ਦੇ ਖਿਲਾਫ਼ ਨੇ ਤੇ ਕੋਈ ਕਾਨੂੰਨ ਦੀ ਧਾਰਾ ਰੋਕਦੀ ਨਹੀਂ। ਮੈਂ ਕਹਿਣਾ ਏਦਾਂ ਤਾਂ ਆਪਾਂ ਜਿਹੜੀ 1925 ਦਾ ਐਕਟ ਹੈ ਉਹ ਕੇਂਦਰ ਦਾ ਐਕਟ ਹੈ, ਉਹ ਸਟੇਟ ਦਾ ਨਹੀਂ ਹੈ। ਸਾਰਾ ਹੀ ਮੰਨ ਕੇ ਬਿਲਕੁਲ ਮੰਨਦਾ ਮੈਂ ਤੁਹਾਡੀ ਗੱਲ, ਪਰ ਸਟੇਟ ਨੇ ਉਹਨੂੰ ਐਗਰੀ ਕੀਤਾ ਨਾ, ਕੇਂਦਰ ਦਾ ਐਕਟ ਹੈ, ਸੁਣ ਤਾਂ ਲਓ ਨਾ ਬੇਨਤੀ। ਜੀ ਸਾਹਿਬ ਪਹਿਲੀ ਗੱਲ ਤਾਂ ਸਟੇਟ ਕੋਲ ਉਂਝੀ ਹੈ, ਇਹਦੇ ਕੋਲ ਤਾਂ ਆਪਣੀ ਦੁਕਾਨ ਖੋਲਣ ਦਾ ਅਧਿਕਾਰ ਨਹੀਂ, ਤੁਸੀਂ ਕਹਿੰਦੇ ਉਹਦੇ ਤੇ ਐਕਸ਼ਨ ਲੈ ਲਏਗਾ, ਅਧਿਕਾਰ ਹੈ ਵੀ ਪੂਰਾ ਅਧਿਕਾਰ ਹੈ।
ਲੀਗਲ ਐਕਸ਼ਨ ਲੈਣ ਦਾ ਅਧਿਕਾਰ ਹੈ ਇਹਨਾਂ ਕੋਲ, ਪੰਜਾਬ ਪੁਲਿਸ ਹੈ ਆਪਣੀ, ਸਟੇਟ ਦੀਆਂ ਫੋਰਸਿਸ ਨੇ ਆਪਣੀਆਂ। ਜਨਾਬ ਹੁਣ ਖੁੱਲੇ ਨਾ ਕੇਰਲਾ ਦੇ ਸੀਐਮ ਨੇ ਕਿਹਾ ਸੀ ਉਹਨੂੰ ਨਾਮ ਦੀ ਨਾਲ ਹੁਕਮ ਦਿੱਤਾ ਸੀ ਵੀ ਤੂੰ ਤੇਰੀ ਹਿੰਮਤ ਕਿਵੇਂ ਵਜੇ ਤੇਰੀ ਸਰਕਾਰ ਤੋੜ ਦਾਂਗੇ ਜੀ, ਅਸੀਂ ਜਾਣਦੇ ਨਹੀਂ ਸਟੇਟਾਂ ਨੂੰ, ਆਪਾਂ ਇਦਾਂ ਨਾ ਕਰੀਏ, ਆਪਾਂ ਇੱਕ ਪਾਸੇ ਹੋ ਕੇ ਗੱਲ ਨਾ ਕਰੀਏ। ਨਹੀਂ ਇੱਕ ਪਾਸੇ ਨਹੀਂ ਗੱਲ ਕਰ ਰਹੇ, ਆਪਾਂ ਤਾਂ ਇੱਕ ਡਿਬੇਟ ਕਰ ਰਹੇ ਹਾਂ ਇੱਕ ਲੀਗਲ ਲੈਵਲ ਤੇ ਕਿ ਵਾਟ ਪੋਸਿਬਿਲਿਟੀਜ਼ ਕੈਨ ਬੀ ਡਰਾਨ ਆਊਟ ਆਫ ਦਿਸ ਇਨਫਰੈਂਸ। ਜਿਹੜਾ ਸੈਂਟਰ ਦਾ ਐਕਟ ਹੈ, ਸੈਂਟਰ ਕਿਉਂ ਨਾ ਉਹਦੇ ਤੇ ਐਕਸ਼ਨ, ਜਾਂ ਸੈਂਟਰ ਦੇ ਐਕਟ ਹੋ ਗਏ ਕੋਈ ਗੱਲ ਕਰ ਰਿਹਾ, ਸੈਂਟਰ ਕਿਉਂ ਨਾ ਉਹਦੇ ਐਕਸ਼ਨ ਲਵੇ। ਸਰ ਸਟੇਟ ਕਿਉਂ ਨਾ ਲਵੇ ਪਹਿਲਾਂ, ਮੈਂ ਸਟੇਟ ਦੇ ਅੰਦਰ ਹਾਂ, ਉਸ ਸੂਬੇ 'ਚ ਬੈਠਾ ਮੈਂ। ਜਿਹੜੇ ਵੀ ਕਿ ਤੁਸੀਂ ਸਟੇਟਾਂ ਨੂੰ ਹਟਾਈ ਜਾਓ, ਆਪ ਤੁਸੀਂ ਐਕਸ਼ਨ ਨਹੀਂ ਲੈਣਾ, ਤੁਸੀਂ ਲੋਕਾਂ ਨੂੰ ਊਂ ਤਾਂ ਤੁਸੀਂ ਉੱਥੇ ਦਿੱਲੀ 'ਚ ਬੈਠੇ ਸਾਰੇ ਇੱਕ ਗੱਲ 'ਤੇ ਐਕਸ਼ਨ ਲਈ ਜਾਂਦੇ ਹੋ, ਤੁਸੀਂ ਚੱਕ ਕੇ ਜਾਮੀ ਮਿਲੀ ਦੇ ਬੱਚੇ ਅੰਦਰ ਕਰਤੇ, ਤੁਸੀਂ ਚੱਕ ਕੇ ਗਰਗ ਸਾਹਿਬ ਇੱਕ ਛੋਟਾ ਜਿਹਾ ਸਿੰਪਲ ਸਵਾਲ ਹੈ, ਜੇ ਕੋਈ ਆਮ ਨਾਗਰਿਕ ਏਦਾਂ ਦੀ ਸਟੇਟਮੈਂਟ ਦੇ ਦਿੰਦੀ ਹੈ ਤੇ ਸਟੇਟ ਸਰਕਾਰ ਉਸ ਉੱਤੇ ਦੇਸ਼ ਧਰੋਹ ਦਾ ਮੁਕਦਮਾ ਦਰਜ ਕਰ ਦਿੰਦੀ ਹੈ, ਦੇਸ਼ ਧਰੋਹ ਦਾ ਮੁਕਦਮਾ ਦਰਜ ਕਰ ਦਿੰਦੀ ਹੈ, ਤੇ ਇਸ ਮਾਮਲੇ ਦੇ ਵਿੱਚ ਇੱਥੇ ਸਟੇਟ ਕੋਲ ਪਾਵਰ ਕਿਉਂ ਨਹੀਂ ਹੈਗੀ? ਮੈਂ ਕਿਹਾ ਕਿ ਸਟਿੱਕਰਾਂ ਦਾ ਆਰਡਰ ਹੋਇਆ ਸੀ ਹਾਈ ਕੋਰਟ ਵੱਲੋਂ, ਗਰਗ ਸਾਹਿਬ ਦੀ ਆਵਾਜ਼ ਸੁਣੋ। ਮੇਰਾ ਜਿਹੜਾ ਮਾਮਲਾ ਹੈ, ਮੇਰਾ ਜਿਹੜਾ ਮਾਮਲਾ ਹੈ, ਇਹਨੂੰ ਐ ਮੋਨੋਲਿਥ ਨਾ ਸਮਝੋ ਸਟੇਟਾਂ ਨੂੰ। ਜਾਂ ਦਿੱਲੀ ਦੀਆਂ ਚੋਣਾਂ ਸੀ ਉਦੋਂ ਬਥੇਰਾ ਕੇਜਰੀਵਾਲ ਨੂੰ ਉਹਨਾਂ ਨੇ ਚੁੱਕਣ ਦੀ ਕੋਸ਼ਿਸ਼ ਕਰੀ ਵੀ ਜਾ ਕੇ ਜਾਂ ਤਾਂ ਤੂੰ ਧਰਨੇ ਤੋਂ ਲਵਾ ਤੇ ਜਾਂ ਉਹਨਾਂ ਦੇ ਹੱਕ 'ਚ ਬੋਲ। ਇਹ ਪੋਲੀਟਿਕਸ ਹੈ ਇਹਨਾਂ ਦੀ, ਪੋਲੀਟਿਕਸ ਕੇਂਦਰ ਦੀ ਵੀ ਹੈ, ਸਟੇਟਾਂ ਦੀ ਵੀ ਹੈ। ਸਟੇਟ ਕਿਉਂ ਫਸੋ ਇਸ ਗੱਲ 'ਚ? ਉਹਨੇ ਉਹਨੇ ਇਹ ਤਾਂ ਨੀ ਕਹਿੰਦਾ ਪੰਜਾਬ ਤੋਂ, ਉਹ ਕਹਿੰਦੇ ਅਸੀਂ ਖਾਲਿਸਤਾਨ ਮੰਗਣਾ ਜੀ। ਸੁਣ ਲਓ ਮੇਰੀ ਬੇਨਤੀ, ਉਹ ਕਹਿੰਦੇ ਅਸੀਂ ਖਾਲਿਸਤਾਨ ਮੰਗਣਾ। ਖਾਲਿਸਤਾਨ ਕਿਹ ਤੋਂ ਲੈਣਾ? ਇੰਡੀਅਨ ਕੌਨਸਟੀਟਿਊਸ਼ਨ ਦੇ ਅਗੇਂਸਟ, ਇੰਡੀਆ ਤੋਂ, ਇੰਡੀਅਨ ਯੂਨੀਅਨ ਤੋਂ। ਇੰਡੀਅਨ ਯੂਨੀਅਨ ਦਾ ਕੌਣ ਰੱਖ ਹੈ? ਇੰਡੀਅਨ ਯੂਨੀਅਨ ਦਾ ਮੁੱਖ ਮੰਤਰੀ ਨਹੀਂ ਰੱਖ, ਇੰਡੀਅਨ ਯੂਨੀਅਨ ਦਾ ਮਾਲਕ ਕੌਣ ਹੈ? ਉਹ ਭਾਰਤ ਸਰਕਾਰ ਹੈ, ਕੇਂਦਰ ਸਰਕਾਰ ਹੈ। ਸੋ ਇੰਡੀਅਨ ਯੂਨੀਅਨ ਦੇ ਬਾਰੇ ਕਿਹਾ ਉਹਨਾਂ ਨੇ। ਕੈਪਟਨ ਅਮਰਿੰਦਰ ਸਿੰਘ ਜੀ ਨੇ ਬੜਾ ਖੁੱਲਾ ਬਿਆਨ ਦਿੱਤਾ ਸੀ, ਮੈਂ ਬੜੇ ਧਿਆਨ ਨਾਲ ਸੁਣਿਆ ਸੀ ਕਿ ਪੰਨੂ ਇੱਥੇ ਆਵੇ ਤੇ ਮੈਂ ਇੰਜ ਕਰ ਦਾਂਗਾ। ਠੀਕ ਉਹੀ ਗੱਲ ਉਹਨਾਂ ਨੇ ਕਹੀ ਸੀ ਪੰਨੂ ਜੀ ਨੇ ਕਿ ਮੈਨੂੰ ਖਾਲਿਸਤਾਨ ਚਾਹੀਦਾ ਤੇ ਮੈਂ ਬਣਾਉਣਾ। ਉਹੀ ਗੱਲ ਮੈਂ ਕਹਾਂ ਤੇ ਸ਼੍ਰੋਮਣੀ ਕਮੇਟੀ ਦੇ ਅਪੁਆਇੰਟਡ ਜਥੇਦਾਰ ਨੇ ਗੱਲ ਕਹੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਸਾਡੇ ਅਕਾਲ ਤਖਤ ਸਾਹਿਬ ਤੋਂ, ਉਹੀ ਸ਼ਬਦ ਉਹਨੇ ਵਰਤੇ ਨੇ। ਤੇ ਜੇ ਪੰਜਾਬ 'ਚ ਬੈਠੇ ਹਾਂ, ਪੰਜਾਬ ਦੇ ਕਿਸੇ ਸੂਬੇ 'ਚ ਇਹ ਗੱਲ ਹੁੰਦੀ ਹੈ, ਉਹਦੇ ਖਿਲਾਫ਼ ਤਾਂ ਅਸੀਂ ਐਕਸ਼ਨ ਨਹੀਂ ਲੈ ਰਹੇ, ਅਤੇ ਪੰਨੂ ਜੀ ਬਾਰੇ ਅਸੀਂ ਬੜਾ ਇੱਥੇ ਬੈਠੇ ਬੋਲੀ ਜਾਂਦੇ ਹਾਂ, ਇਹਦਾ ਮਤਲਬ ਕੀ? ਅਸੀਂ ਮੈਸੇਜ ਕੀ ਦੇਣਾ ਚਾਹੁੰਦੇ ਸਰਕਾਰ ਨੂੰ? ਮੈਂ ਨਾ ਉਹਦੇ ਫੇਵਰ 'ਚ ਹਾਂ, ਨਾ ਮੈਂ ਉਹਦੇ ਅਗੇਂਸਟ ਹਾਂ। ਮੈਂ ਤਾਂ ਇਹ ਪੁੱਛਦਾ ਚਾਹਾਂ ਵੀ ਅਸੀਂ ਸਿਰਫ ਲਿਪ ਸਰਵਿਸ ਦੇ ਰਹੇ ਹਾਂ ਕਿ ਕਿਆ ਅਸੀਂ ਕੁਛ ਕਰਕੇ ਦਿਖਾਵਾਂਗੇ, ਕਿ ਕਿਆ ਅਸੀਂ ਅੱਗ ਲਾਉਣਾ ਚਾਹੁੰਦੇ ਹਾਂ, ਕਿ ਕਿਆ ਅਸੀਂ ਅੱਗ ਬੁਝਾਉਣਾ ਚਾਹੁੰਦੇ ਹਾਂ, ਕਿ ਕਿਆ ਅਸੀਂ ਉਹਨਾਂ ਦੇ ਸਮਰਥਕ ਹਾਂ, ਕਿ ਕਿਆ ਅਸੀਂ ਉਹਨਾਂ ਦੇ ਅਗੇਂਸਟ ਹਾਂ? ਇਹ ਚੁੱਪੀ ਵੀ ਬੜੀ ਖਤਰਨਾਕ ਹੈ ਜੀ। ਹਾਂਜੀ ਗੱਲ, ਮੈਂ ਦਿੰਦਾ ਇਸਦਾ ਜਵਾਬ, ਮੈਂ ਦਿੰਦਾ ਇਸਦਾ ਜਵਾਬ ਜੀ ਸਰ। ਜਦ ਅਕਾਲ ਤਖਤ ਦਾ ਜਥੇਦਾਰ ਬੋਲਦੇ ਨੇ ਇਹ ਅੱਗ ਲਾਉਣ ਦੀ ਗੱਲ ਹੈ, ਤੁਹਾਨੂੰ ਜਿੰਨਾ ਮਰਜ਼ੀ ਬਾਹਰ ਮਿੱਠਾ ਬੋਲੀ ਜਾਵੇ, ਤੁਹਾਨੂੰ ਦੇ ਬੋਲੇ ਦਾ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਬਥੇਰੀ ਦੇਰ ਤੋਂ ਬੋਲਦੇ ਨੇ। ਸਰ ਮੇਰਾ ਆਪਣਾ ਰਿਪ੍ਰੈਜ਼ੈਂਟੇਟਿਵ, ਮੇਰੇ ਪੰਜਾਬ ਸੂਬੇ ਦਾ ਰਿਪ੍ਰੈਜ਼ੈਂਟੇਟਿਵ, ਐਡੀ ਵੱਡੀ ਮੈਂ ਕਹਿੰਦਾ ਮੰਨ ਲਿਆ, ਮੁੱਖ ਮੰਤਰੀ ਨਹੀਂ ਮੰਨਦਾ, ਮੁੱਖ ਮੰਤਰੀ ਨਹੀਂ ਮੰਨਿਆ, ਕੇਂਦਰ ਕੀ ਕਰਦਾ? ਕੇਂਦਰ ਹੁਣ ਤਾਂ ਹਰੇਕ ਨੂੰ ਫੜ ਕੇ ਅੰਦਰ ਕਰੀ ਜਾ ਰਿਹਾ। ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਾਂ ਵਰਕੇ ਅੱਗ ਲਾਉਣ ਦੀ ਗੱਲ ਕਰਦੇ ਹਾਂ। ਪੰਜਾਬ ਨੇ ਪਹਿਲਾਂ ਬਹੁਤ ਸਫ਼ਰ ਕਰਿਆ, ਬਹੁਤ ਅੱਜ ਤੱਕ ਕਰ ਰਿਹਾ ਜੀ, ਆਪਾਂ ਮੁੜ ਕੇ ਪੰਜਾਬ ਤੇ ਪੰਜਾਬੀਆਂ ਨੇ, ਸਿੱਖਾਂ ਨੇ ਅੱਜ ਤੱਕ ਸਫ਼ਰ ਕੀਤਾ। ਮੈਂ ਕਹਿੰਦਾ ਜਦ ਅਸੀਂ ਪੰਜਾਬੀਆਂ ਦੀ ਬਜਾਏ ਹਿੰਦੂ ਸਿੱਖ ਦੀ ਗੱਲ ਕਰਦੇ ਹਾਂ, ਤੁਸੀਂ ਇਹ ਵੀ ਗੱਲ ਕਰੀ ਹੈ, ਹਿੰਦੂ ਸਿੱਖ ਦੀ ਜਦ ਅਸੀਂ ਗੱਲ ਕਰਾਂਗੇ ਸਾਡੇ ਸਹਿਮਤ ਭੇਦ ਹੋ ਸਕਦੇ ਨੇ, ਸਾਡੇ ਨਾਲ ਜਾਤੀਆਂ ਹੋ ਸਕਦੀਆਂ ਨੇ, ਅਸੀਂ ਉਹ ਵੱਖਰੀ ਲੜਾਈ ਹੈ ਸਾਡੀ। ਜਿੱਦੇ ਅਸੀਂ ਹਿੰਦੂ ਸਿੱਖ ਦੀ ਗੱਲ ਕਰਾਂਗੇ, ਜਿੱਦੇ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ, ਉਦੇ ਅਸੀਂ ਦੇਸ਼ ਦੇ ਵੀ ਵਿਰੁੱਧ ਬੋਲ ਰਿਹਾ, ਉਦੇ ਅਸੀਂ ਲੋਕਾਂ ਨੂੰ ਡਿਵਾਈਡ ਵੀ ਕਰ ਦਿਆਂਗੇ। ਸਾਨੂੰ ਇਹ ਸਮਝਣਾ ਪਏਗਾ ਕਿਉਂਕਿ ਪੰਜਾਬ ਨੇ ਬਹੁਤ ਜ਼ਿਆਦਾ ਸਫ਼ਰ ਕਰਿਆ, ਪੰਜਾਬ ਅੱਜ ਤੱਕ ਕਰ ਰਿਹਾ ਹੈ, ਉਸ ਧਿਆਨ 'ਚ ਉਸ 'ਤੇ ਪੰਜਾਬ ਦਾ ਕੋਈ ਪੰਜਾਬੀ ਜਾਣ ਨੂੰ ਤਿਆਰ ਨਹੀਂ, ਤੇ ਫਿਰ ਉੱਥੋਂ ਅਕਾਲ ਤਖਤ ਦਾ ਜਥੇਦਾਰ ਇਹ ਬਿਆਨ ਦੇਵੇ, ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਹੈ। ਹਾਂ ਤੇ ਫਿਰ ਉਹਨੂੰ ਫੜਨਾ ਚਾਹੀਦਾ ਪੰਜਾਬ ਸੂਬੇ ਨੂੰ ਵੀ। ਮੈਂ ਦੋ ਸ਼ਬਦਾਂ ਦੇ ਵਿੱਚ, ਤੁਸੀਂ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਦੀ ਦੋ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੀ ਹੋਈ ਤਾਂ ਤੁਸੀਂ ਕਿਸ ਢੰਗ ਨਾਲ ਕਰੋਗੇ ਜੀ? ਮੈਂ ਕੋਈ ਨਿਖੇਧੀ ਨਾ ਨਿਖੇਧੀ ਕੌਣ ਕਰਨ ਵਾਲਾ, ਇਹ ਤਾਂ ਉਹ ਜਾਣਨ ਜਿਨ੍ਹਾਂ ਦਿੱਤਾ ਐਡੇ ਵੱਡੀ ਉੱਚੀ ਹਸਤੀ ਨੂੰ ਮੈਂ ਕੌਣ ਕਹਿੰਦਾ। ਮੈਂ ਇਹ ਕਹਿਣਾ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ, ਤੁਸੀਂ ਪਤਾ ਕੀ ਹੈ, ਤੁਸੀਂ ਮੈਨੂੰ ਪੋਲੀਟੀਕਲ ਬਣਾਉਣਾ ਚਾਹੁੰਦੇ ਹੋ, ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਹਾਂ, ਮੈਂ ਟੈਕਨੀਕਲ ਗੱਲ ਕਰਨ ਵਾਲਾ ਬੰਦਾ ਜੀ ਜੀ। ਮੇਰੇ ਭਾਵੇਂ ਕਾਂਗਰਸ ਹੋਵੇ, ਅਕਾਲੀ ਹੋਵੇ, ਬੀਜੇਪੀ ਹੋਵੇ, ਕੋਈ ਹੋਵੇ, ਸੰਵਿਧਾਨ ਦੇ ਮੁਤਾਬਕ 1925 ਦੇ ਐਕਟ ਦੇ ਵਿੱਚ ਅਕਾਲ ਤਖਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਰਹਿੰਦੀ ਹੈ ਜੀ ਜੀ। ਇਹ ਸੰਵਿਧਾਨ ਦੇ ਮੁਤਾਬਕ ਹੈ, ਉਹ ਐਕਟ ਸਟੇਟ ਦਾ ਨਹੀਂ ਹੈ, ਉਹ ਸੈਂਟਰ ਦਾ ਐਕਟ ਹੈ, ਸੈਂਟਰ ਦੇ ਐਕਟ ਨਹੀਂ ਕੋਈ ਵਾਇਲੇਸ਼ਨ ਕਰਦਾ। ਜੇ ਸੈਂਟਰ ਦੇ ਐਕਟ ਦੇ ਅੰਦਰ ਕੋਈ ਅਪਾਇੰਟੀ ਹੈ ਉਹਦੀ ਕੋਈ ਵਾਇਲੇਸ਼ਨ ਕਰਦਾ ਹੈ
ਤਾਂ ਉਹਦੇ ਉੱਤੇ ਐਕਸ਼ਨ ਸੈਂਟਰ ਨੇ ਲੈਣਾ, ਜਿਵੇਂ ਕਿਸੇ ਆਈਏਐਸ ਅਫਸਰ ਨੂੰ ਸਸਪੈਂਡਰ ਸਸਪੈਂਡ ਮਾੜਾ ਮੋਟਾ ਐਕਸ਼ਨ ਲੈ ਸਕਦੀ ਹੈ, ਉਹਨੂੰ ਫਾਈਨਲ ਸਜ਼ਾ ਜਿਹੜੀ ਹੈ ਉਹ ਕੇਂਦਰ ਹੀ ਦੇ ਸਕਦਾ ਕਿਉਂਕਿ ਸੈਂਟਰ ਦੇ ਅੰਡਰ। ਮੈਂ ਕਹਿੰਦਾ ਪੰਜਾਬੀ ਚ ਰੋਪਕਾਰ ਕਹਿੰਦੇ ਨੇ, ਰੋਪਕਾਰ ਤਾਂ ਸਟੇਟ ਗਵਰਨਮੈਂਟ ਹੀ ਬਣਾਏਗੀ। ਸੋ ਇਸ ਕਰਕੇ ਇਹ ਜਿਹੜਾ ਹੈਗਾ ਇਹ ਜਿਹੜੇ ਐਕਟ ਦੇ ਅੰਡਰ ਜਿਹਦਾ ਐਕਟ ਵਾਇਲੇਟ ਹੋ ਰਿਹਾ ਹੈ, ਜੇ ਕਹਿੰਦੇ ਵੀ ਮੈਂ ਇੱਕ ਵਾਰੀ ਕਿਹਾ ਸੀ ਸਾਡੇ ਇੱਥੇ ਡਾਕਟਰ ਗੈਰ ਹਾਜ਼ਰ ਰਹਿੰਦੇ ਸੀ, ਮੈਨੂੰ ਕਹਿੰਦੇ ਜੀ ਇੰਨਾ, ਮੈਂ ਕਿਹਾ ਸੀ ਕੀ ਕਰੀਏ, ਤੁਸੀਂ ਆਪ ਹੀ ਰੱਖਣਾ ਪੈਸੇ ਦਿੰਦੇ ਨੇ ਉਹ ਪੈਸੇ ਦੇ ਕੇ ਗੈਰ ਹਾਜ਼ਰ ਨੂੰ, ਤਾਂ ਸਾਨੂੰ ਅੱਖਾਂ ਕੱਢਦੇ ਨੇ ਡੀਲਰ ਨੂੰ ਵੀ ਤੁਸੀਂ ਲਾ ਲੈ ਜਾਓ, ਅਸੀਂ ਪੈਸੇ ਦੇ ਕੇ ਗੈਰ ਹਾਜ਼ਰ ਰਹਿੰਦੇ ਹਾਂ। ਜੇ ਮਾਲਕ ਕਰਦਾ ਆਪ ਹੀ ਚੋਰੀ ਕਰਾਉਣ ਨੂੰ ਤਿਆਰ ਹੋ ਜੇ ਤੇ ਫਿਰ ਉਹਨੂੰ ਚੌਕੀਦਾਰ ਨੇ ਆਪਦਾ ਸਿਰ ਪੜਵਾਉਣਾ। रिपोर्ट कर सकता है, ईवन पुलिस अपने आप भी कॉग्निजेंस ले सकती है। मैं छोटी उदाहरण दी है, वड्डी उदाहरण कहां तो जे कोई गलत बयानबाजी करता जिहड़ी देश दे हित च ना होवे ते एडियां वड्डियां वड्डियां एजेंसियां पंजाब कोल भी ने, लाम लश्कर पंजाब कोल है, स्टेट का राजा अवेलेबल है, तो स्टेट का राजा भी उस गलते क्यों ना करे। यदा मतलब जे सेंट्रल का जो एक्ट है वो मुताबिक इंडिया बड़िया थावान पर बना होगा, जे सेंटर कोई एक्शन नहीं लेगी तो क्या पंजाब एक्शन नहीं लै सकता। मेरा सवाल यह भी है जनता नू, अपने अमन जी नू, गर्ग सर नू, गर्ग साहब एक सवाल, कानून तो लागू इत्थे भी है ना जी। मुकदमा चलेगा उस शहर जिथो चढ़िया सी या जिथे उतरिया सी उथे परचा दर्ज होगा, हाँ रेलवे पुलिस चलाएगी, पर अदालत पंजाब दी होगी क्योंकि पंजाब च भी कानून इंडिया का ही चल रहा है। मेरे हाथ के उत्ते जिदे मेरा क्वारंटाइन खत्म हो गया, यूटी की सरकार जिहड़ी केंद्र दे अंदर है उन्होंने हाथ से मोहर ला के गई, मेरे घर के अगे पोस्टर ला गई जी। 29 तरीक नूं मेरी क्वारंटाइन खत्म हो गई, 29 तरीक नूं मोहर ला गई, हुण इत्थों फोटो नहीं आ सकदी जे मैं तुहानूं फोटो भेज दिंदा, किहदा कानून है इत्थे। और उन्होंने मैं आख्या, मैं कहा यार तुहाडे सामने आ लिखा तुहाडे कोल चिट्ठी आ भी हाँ 29 नूं खत्म हो गया, तुसीं फिर 29 नूं मेरे मोहर लाई जांदे हो, इह कानून जे मेरे वर्गे पढ़े लिखे बंदे का चंडीगढ़ च बैठे का यह हाल कर सकते हैं। जब कानून लागू करना हो सारिया ताकत आ जांदियां ने, जब ना लागू करना हो सारिया उल्ट हो जांदियां। गर्ग सर हजारां केस पेंडिंग हो रहे। गर्ग साहब मतलब जी आप मुद्दे ते आउंदे आ, गर्ग साहब आप क्योंकि मैं चाहना की अपने आप लीते ही चलीए। सो अपना जो मुद्दा चल रहा है खालिस्तान लैके, मैं तुम्हें यह जरूर पूछना चाहना कि जड़ा महाराजा रणजीत सिंह का सम्राट से सिख सम्राज वह अफगानिस्तान तक फैलिया हुआ, वड्डी गिनती दे विच साडे जिहड़े सिख भाईचारे दे लोग ने वह पाकिस्तान दे विच भी बैठे ने, पंजाबी भी पाकिस्तान दे विच बैठे ने, अफगानिस्तान दे विच भी बैठे ने, पर विदेशों की धरती तो हमेशा जिहड़ी आवाज़ उठती है पंजाब जिहड़ा भारत विच वाला पंजाब है उसनू लैके क्यों उठती है खालिस्तान की, क्यों ये मंग क्यों नहीं उठती कि पाकिस्तान दे विच भी खालिस्तान बनाया जाना चाहिए ते अफगानिस्तान की धरती के उत्ते भी। उत्थे ते मैं कहना 33% सिख ते पंजाबी ते अदर दैन मुस्लिम कैटागरी के लोग सी, पाकिस्तान जिहड़े 1% रह गए है अफगानिस्तान कई थावां उत्थे असीं क्यों साइलेंट आ, मैं सवाल पूछी जाना पिया जनता वास्ते। सो गर्ग साहब तुहानूं की लगता है कि इह जिहड़े बाहर विदेशों में बैठे ने उह भारत विचले पंजाब नूं लैके इह डिमांड क्यों करदे ने? बने बड़ी खुशी नाल बने, पर जित सवाल है मैं एको गल कहना भी जिहड़े इन्हां दे आपदे आई बी दे अफसर रहे ने और उन्होंने लिखा भी मैं आरएसएस दे नेड़े रहा, यह भी लिखा विच लिखा, उन्होंने लिखा भी मैनू मुसलमाना नाल भी बड़ा इतराज़ सीगा,
ਉਹਦੀ ਕਿਤਾਬ ਪੜ੍ਹ ਲੈਣਾ ਵੀ ਏਜੰਸੀਆਂ ਕਿਵੇਂ ਵਿੱਚ ਨੇ, ਹੁਣ ਵੀ ਉਹੀ ਏਜੰਸੀਆਂ ਲੱਭ ਲੈਣ ਵੀ ਭਾਈ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਨੇ। ਜੀ ਜੀ ਉਹ ਕਿਤਾਬ ਹੁਣ ਡਾਕੂਮੈਂਟਡ ਹੈ, ਕਿਤਾਬ ਸਭ ਨੂੰ ਅਵੇਲੇਬਲ ਹੈ। ਜੀ ਜੀ ਅਸੀਂ ਏਦਾਂ ਉਧਰ ਦੀ ਗੱਲ ਕਰਨ ਦੀ ਲੋੜ ਹੀ ਨਹੀਂ, ਜਿਹੜਾ ਕਹਿੰਦੇ ਕਿ ਜਿਹਦੇ ਸਾਹਮਣੇ ਪਈ ਹੈ ਹੈ ਤੇ ਉਹਦੇ ਵਿੱਚ ਅਸੀਂ ਜਾਂ ਸਾਡੇ ਸਾਹਮਣੇ ਸਬੂਤ ਹੀ ਪਿਆ ਉਹਨੂੰ ਦੇਖ ਲੈਣ ਵੀ ਕਿਵੇਂ ਕਿਵੇਂ ਕਿੰਨੀਆਂ ਏਜੰਸੀਆਂ ਕਿਵੇਂ ਪੈਨੀਟ੍ਰੇਟ ਕਰੀਆਂ ਹੋਈਆਂ ਸੀ, ਕਿਵੇਂ ਹਥਿਆਰ ਪਜਾਇਆ ਜਾ ਰਹੇ ਸੀ, ਉਹਨੂੰ ਦੇਖ ਕੇ ਹੁਣ ਦੇਖ ਲੈਣ ਵੀ ਭਾਈ ਹੁਣ ਕੌਣ ਕਰ ਰਿਹਾ। ਸਿਆਸਤਦਾਨ ਹੋ ਗਏ ਜਾਂ ਸਿੱਖ ਆਗੂ ਹੋ ਗਏ ਆਪਣੇ ਵੱਲੋਂ ਬਿਆਨਬਾਜ਼ੀਆਂ ਕਰਦੇ ਨੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ, ਸੋਸ਼ਲ ਮੀਡੀਆ ਉੱਤੇ ਇਸ ਗੱਲ ਦੀ ਚਰਚਾ ਜ਼ਰੂਰ ਹੈਗੀ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਾਂ ਪੰਜਾਬ ਦੇ ਵਿੱਚ ਕਈ ਬੰਦੇ ਅਜੇ ਬੈਠੇ ਨੇ ਜਾਂ ਸਿੱਖ ਆਗੂ ਨੇ ਜਾਂ ਸਿਆਸਤਦਾਨ ਨੇ, ਉਹ ਖਾਲਿਸਤਾਨ ਜਾਂ ਰੈਫਰੈਂਡਮ 2020 ਦੀ ਮੰਗ ਕਰਦੇ ਨੇ, ਪਰ ਇਹ ਪੰਜਾਬੀ ਆਮ ਕਹਿੰਦੇ ਨੇ ਕਿ ਜਿਹੜੇ ਪੰਜਾਬੀ ਸੀ ਉਹਨਾਂ ਦਾ ਸਿੱਖ ਸਮਰਾਜ ਤਾਂ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀਗਾ ਅਤੇ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਰਹਿੰਦੇ ਨੇ। ਫਿਰ ਤੁਹਾਨੂੰ ਕੀ ਲੱਗਦਾ ਕਿ ਗਰਗ ਸਾਹਿਬ ਇਹ ਆਪਣੇ ਭਾਰਤ ਵਿੱਚ ਨੇ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ, ਕੀ ਹੈ? ਮੈਂ ਤਾਂ ਕਹੀ ਜਾਂਦਾ, ਮੈਂ ਤਾਂ ਤੁਹਾਨੂੰ ਕਹੀ ਜਾਂਦਾ ਵੀ ਜਿਹੜੇ ਬੰਦਿਆਂ ਨੇ ਉੱਥੇ ਇਸਲਮ ਲਿਆ ਹੋਇਆ, ਜਿਹੜੇ ਬੰਦੇ ਲੋਕਾਂ ਨੂੰ ਇਸਲਮ ਦਵਾਉਂਦੇ ਨੇ, ਜਿਹੜੀਆਂ ਉੱਥੇ ਏਜੰਸੀਆਂ ਨੇ, ਜਿਹੜੀਆਂ ਸਾਹਮਣੇ ਸਭ ਦੇ ਹੁਣ ਤਾਂ ਕਿਤਾਬ 'ਚ ਸਭ ਕੁਛ ਆਇਆ ਹੋਇਆ ਹੈ। ਆਪਾਂ ਇਸ ਗੱਲ ਨੂੰ ਤੁਸੀਂ ਤੁਸੀਂ ਮੈਥੋਂ ਨਾ ਤਾਂ ਮੈਂ ਬਾਹਰ ਜਾਂਦਾ, ਨਾ ਮੈਨੂੰ ਪਤਾ ਉੱਥੇ ਦੁਨੀਆਂ ਕੀ ਕਰਦੀ ਹੈ, ਨਾ ਮੈਨੂੰ ਉਰੇ ਪਤਾ ਹੈ, ਨਾ ਮੇਰਾ ਤਾਂ ਇੱਕ ਸਿੰਪਲ ਦੇਸ਼ ਭਗਤ ਦੇ ਤੌਰ 'ਤੇ ਇੱਕ ਇੰਡੀਅਨ ਨੈਸ਼ਨਲ ਦੇ ਤੌਰ 'ਤੇ ਮੈਂ ਇੱਕ ਗੱਲ ਕਹਿ ਸਕਦਾ ਵੀ ਕੰਸਟੀਟਿਊਸ਼ਨ ਚਾਹ ਦੇਖਿਆ। ਦੂਜੀ ਗੱਲ ਜਿਹਨੇ ਕੋਈ ਐਕਸ਼ਨ ਲੈਣਾ ਲਵੇ, ਮੈਂ ਕਿਉਂਕਿ ਮੈਂ ਕੋਈ ਸਾਈਡ ਦੇ ਨਾਲ ਨਹੀਂ, ਮੈਂ ਨਾ ਇੱਧਰ ਦੀ ਨਾ ਇੱਧਰ ਦੀ, ਮੈਂ ਇਹ ਕਹਿਣਾ ਵੀ ਜਦ ਤੁਸੀਂ ਜਿਹੋ ਜਿਹੀ ਬਿਆਨਬਾਜ਼ੀ ਜਿਹੋ ਜਿਹਾ ਹੁੰਦਾ ਹੈ ਇਹਨਾਂ ਦੇ ਸਾਰੇ ਉੱਥੇ, ਸਾਡਾ ਜਿਹੜਾ ਹੈਗਾ ਅੰਬੈਸੀਆਂ ਕੀ ਕਰਦੀਆਂ ਨੇ, ਅੰਬੈਸੀਆਂ ਦੇਖ ਲੈਣ ਵੀ ਭਾਈ ਇਹ ਕੌਣ ਬੰਦੇ ਨੇ, ਇਹ ਉਹਨਾਂ ਕੋਲੋਂ ਰਜਿਸਟਰ ਕਰਨ ਵੀ ਦੇਖੋ ਜੀ ਅਸੀਂ ਤੁਹਾਡੇ ਰਜਿਸਟਰ ਕਰਦੇ ਹਾਂ ਪ੍ਰੋਟੈਸਟ। ਉਰੇ ਜੇ ਦਿੱਲੀ ਦੇ ਵਿੱਚ ਅਮਰੀਕਾ ਦੇ ਖਿਲਾਫ਼ ਕੁਛ ਬੋਲਿਆ ਜਾਵੇ ਤਾਂ ਅਮਰੀਕਾ ਦੀ ਅੰਬੈਸੀ ਪ੍ਰੋਟੈਸਟ ਕਰਦੀ ਹੈ, ਜੇ ਅਮਰੀਕਾ ਦੇ ਵਿੱਚ ਇੰਡੀਆ ਦੇ ਖਿਲਾਫ਼ ਕੁਛ ਬੋਲਿਆ ਜਾਵੇ ਤਾਂ ਅਮਰੀਕਾ ਦੇ ਅੰਬੈਸਡਰ ਨੂੰ ਬੁਲਾ ਕੇ ਦਿੱਲੀ ਦੀ ਸਰਕਾਰ ਕਹਿ ਸਕਦੀ ਹੈ ਵੀ ਭਾਈ ਤੁਹਾਡੇ ਆ ਗਲਤ ਹੋ ਰਿਹਾ। ਸੋ ਇਹ ਕੈਪਟਨ ਸਾਹਿਬ ਉਹਦੇ 'ਚ ਕੀ ਕਰ, ਕੈਪਟਨ ਸਾਹਿਬ ਤਾਂ ਅੰਬੈਸਡਰ ਨੂੰ ਇੰਨਾ ਬੁਲਾ ਕੇ ਕਹਿ ਸਕਦੇ, ਇਹ ਤਾਂ ਦਿੱਲੀ ਦੀ ਸਰਕਾਰ ਹੀ ਕਹਿ ਸਕਦੀ ਹੈ ਵੀ ਦੇਖੋ ਜੀ ਤੁਹਾਡੇ ਉੱਥੇ ਬੈਠੇ ਆਹ ਕੁਛ ਕਰ ਰਹੇ ਨੇ, ਤੁਸੀਂ ਬੋਲੋ ਕਿਵੇਂ ਕਰਾ ਰਹੇ ਹੋ। ਜੀ ਜੀ ਸੋ ਗਰਗ ਸਾਹਿਬ ਪੋਲੀਟੀਕਲੀ ਚਰਚਾ ਕਰਦੇ ਹਾਂ ਕਿ ਜੋ ਐਨਜੀਪੀਸੀ ਦੇ ਜਥੇਦਾਰ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਉਸਦੇ ਜੇ ਆਪਾਂ ਮਾਇਨੇ ਲਗਾਏ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ 2 ਸਾਲਾਂ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਅਤੇ ਜਿਸ ਹਿਸਾਬ ਨਾਲ ਇਹ ਗੱਲ ਤੁਸੀਂ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਸਾਰੇ ਮਾਮਲਿਆਂ ਵਿੱਚ ਘਿਰਿਆ ਹੋਇਆ ਸੀ, ਉਹਨਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਮਾਮਲਾ ਹੈਗਾ ਅਤੇ ਨਾਲ ਹੀ ਜੋ ਸਿੱਖ ਸ਼ਹੀਦ ਹੋਏ ਸਨ ਅਤੇ ਉਹਨਾਂ ਦਾ ਵੀ ਮਾਮਲਾ ਹੈ। ਅਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਕਾਲੀ ਦਲ ਇਸ ਮਾਮਲੇ ਵਿੱਚ ਘਿਰੇਗਾ ਜਾਂ ਅਕਾਲੀ ਦਲ ਇਸ ਚੀਜ਼ ਦਾ ਲਾਹਾ ਲੈ ਸਕਦਾ ਹੈ? ਜੀ ਦੇਖੋ ਅਕਾਲੀ ਦਲ ਨੂੰ ਇਹਦੇ 'ਚ ਸਿੱਧਾ ਉਹ ਕਿਉਂਕਿ ਸੈਂਟਰ ਦੇ ਵਿੱਚ ਮਿਨਿਸਟਰ ਨੇ ਅਤੇ ਉਹਨਾਂ ਦਾ ਪੈਂਦੀ ਹੈ ਐਸ ਜੀ ਪੀ ਦਾ, ਐਸ ਜੀ ਪੀ ਸੀ ਉਹ ਆਪ ਹੀ ਮੰਨਦੇ ਨੇ ਵੀ ਅਸੀਂ ਬਣਾਉਣੇ ਆ ਅਤੇ ਐਸ ਜੀ ਪੀ ਵੈਸੇ ਵੀ ਅਕਾਲੀ ਦਲ ਹੀ ਭਰੂ ਹੈ ਕਿ ਉਹਨਾਂ ਨੂੰ ਇਮੀਡੀਏਟਲੀ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਇਸ 'ਤੇ। ਪਰ ਇਹਦੇ ਵਿੱਚ ਗਰਗ ਸਰ ਜੀ ਜੀ ਜਿੱਥੋਂ ਤੱਕ ਸਵਾਲ ਹੈ ਨਾ ਲੈਣ ਦਾ, ਇਹ ਉਹਨਾਂ ਦਾ ਕੰਮ ਹੈ ਵੀ ਉਹ ਐਕਸ਼ਨ ਲੈਂਦੇ ਨੇ ਨਹੀਂ ਲੈਂਦੇ, ਅਕਾਲੀ ਦਲ ਜਾਣੇ ਉਹ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਜਾਣਨ, ਉਹ ਕੇਂਦਰ ਸਰਕਾਰ ਜਾਣੇ, ਉਹ ਸੂਬਾ ਸਰਕਾਰ ਜਾਣੇ, ਇਹ ਤਾਂ ਉਹਨਾਂ ਦਾ ਕੰਮ ਹੈ। ਪਰ ਸਵਾਲ ਇਹ ਹੈ ਵੀ ਜਿਹੜੀ ਬਾਹਰੋਂ ਬਿਆਨਬਾਜ਼ੀ ਅਤੇ ਅੰਦਰੋਂ ਬਿਆਨਬਾਜ਼ੀ 'ਚ ਫਰਕ ਹੁੰਦਾ ਹੈ, ਬਾਹਰ ਲੈਣ ਤੋਂ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕਿਹੜਾ ਸਿੱਖ ਲੱਗਣਾ ਇੱਥੇ ਉੱਥੇ ਬੈਠੇ ਨੂੰ ਕੋਈ ਜੋ ਮਰਜ਼ੀ ਕਹਿ ਦੇ। ਨਹੀਂ ਪੋਲੀਟੀਕਲੀ ਅਕਾਲੀ ਦਲ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਅਗਰ ਸਾਹਿਬ ਇਸ ਬਿਆਨ ਦਾ? ਜੀ ਦੇਖੋ ਜੇ ਬਿਆਨ ਆਇਆ ਹੈ ਤਾਂ ਕਿਸੇ ਫਾਇਦੇ ਵਾਸਤੇ ਦਵਾਇਆ ਹੋਣਾ, ਨਹੀਂ ਤਾਂ ਫਿਰ ਇੱਦਾਂ ਦਾ ਬਿਆਨ ਪਹਿਲਾਂ ਤੱਕ ਆਇਆ ਨਹੀਂ। ਪੰਜਾਬ ਦੀ ਸਥਿਤੀ ਤੁਸੀਂ ਵੀ ਦੇਖ ਰਹੇ ਹੋ ਸਾਰਾ ਕੁਝ ਜੋ ਪੰਜਾਬ ਦੇ ਪਿਛਲੇ  3 ਸਾਲਾਂ ਵਿੱਚ ਵਾਪਰਿਆ ਜਾਂ ਪਿਛਲੇ ਉਸ ਤੋਂ ਵੀ 2 ਸਾਲਾਂ ਵਿੱਚ ਵਾਪਰਿਆ ਜਾਂ ਪਿਛਲੇ 20 ਸਾਲਾਂ ਤੋਂ ਜੋ ਕੁਝ ਹੋ ਰਿਹਾ। ਸੋ ਅੱਜ ਜਿਹੜੀ ਸਥਿਤੀ ਬਣੀ ਹੋਈ, ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਘਿਰਿਆ ਹੋਇਆ ਤੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਕਿਸੇ ਢੰਗ ਨਾਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਹੈਗੇ ਨੇ ਤੇ ਜਿਹੜੇ 2 ਸਿੰਘਾਂ ਦੀ ਸ਼ਹੀਦੀ ਹੋਈ ਸੀ ਤੇ ਇਹਨਾਂ ਮਾਮਲੇ ਵਿੱਚ ਕਿਸੇ ਢੰਗ ਨਾਲ ਉਹ ਬਚਣਾ ਚਾਹੁੰਦਾ ਹੈ। ਸੋ ਪਰ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਦਾ ਬਿਆਨ ਆਇਆ, ਤੁਹਾਨੂੰ ਕੀ ਲੱਗਦਾ ਕਿ ਇਸ ਬਿਆਨ ਦੇ ਰਾਹੀਂ ਅਕਾਲੀ ਦਲ ਬਚ ਨਿਕਲੇਗਾ, ਅਕਾਲੀ ਦਲ ਨੂੰ ਫਾਇਦਾ ਹੋਵੇਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਇਸ ਦਾ ਹੋਰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ? ਦੇਖੋ ਸਰ, ਐਡੀ ਵੱਡੀ ਗੱਲ ਦੇ ਉੱਤੇ ਮੈਂ ਛੋਟਾ ਜਿਹਾ ਬੰਦਾ ਕੋਈ ਬਿਆਨ ਦੇਵਾਂ, ਆਈ ਥਿੰਕ ਵੈਲਿਊ ਨਹੀਂ ਰੱਖੇਗਾ। ਜੀ ਜੀ, ਪਰਪਜ਼ ਕਲੀਅਰ ਹੈ ਮੈਨੂੰ ਗਰਗ ਸਰ ਦੀਆਂ ਸਾਰੀਆਂ ਗੱਲਾਂ 'ਚੋਂ, ਇੱਕ ਮਤਲਬ ਸਾਰੀਆਂ ਗੱਲਾਂ ਬਹੁਤ ਹੀ ਵਧੀਆ ਕੀਤੀਆਂ, ਪਰ ਇੱਕ ਗੱਲ ਮੈਂ ਉਹਦੇ 'ਚ ਬੜੀ ਵਧੀਆ ਫੜੀ ਹੈ ਕਿ ਇਸ ਸਾਰੇ ਕੰਮ ਦੇ ਪਿੱਛੇ ਜਿਹੜੀ ਸਾਡੀ ਸਿੱਖ ਕਮਿਊਨਿਟੀ ਦੀ ਇੱਜ਼ਤ ਪੂਰੇ ਸੰਸਾਰ 'ਚ ਵੱਧਦੀ ਪਈ ਹੈ। ਇੱਕ ਜਗ੍ਹਾ 'ਤੇ ਇਹ ਰਿਪੋਰਟ ਆਉਂਦੀ ਹੈ ਕਿ ਇਹ ਸਰਦਾਰ ਨੇ ਆਪਣੀ ਪੱਗ ਲਾ ਕੇ ਇੱਕ ਬੰਦੇ ਦੀ ਜਾਨ ਬਚਾਈ, ਇਸ ਨੇ ਇਹ ਕੰਮ ਕੀਤਾ, ਇਸ ਨੇ ਇਹ ਕੰਮ ਕੀਤਾ,
ਉਹਨੂੰ ਟਾਰਨਿਸ਼ ਕਰਨ ਨਾਲ ਤੇ ਉਹਨੂੰ ਉਗਰਵਾਦੀ ਸਾਬਤ ਕਰਨ ਵਾਸਤੇ ਸ਼ਾਇਦ ਕੋਈ ਪਰਪਸਫੁੱਲ ਕੰਮ ਚੱਲ ਰਿਹਾ ਔਰ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਅੱਗ ਸੁਲਗਾਤੀ ਜਾਵੇ ਅਤੇ ਕਿਸੇ ਸਿਆਸਤ ਦੀਆਂ ਜਾਂ ਕਿਸੇ ਬੰਦੇ ਦੀਆਂ ਜਾਂ ਕਿਸੇ ਵੀ ਫੋਰਮ ਦੀਆਂ ਸ਼ਾਇਦ ਰੋਟੀਆਂ ਸੇਕੀਆਂ ਜਾਂਦੀਆਂ ਹੋਣ ਉਹਦੇ ਕਰਕੇ ਹੋ ਜਾਏਗਾ। ਦੇਖੋ ਮੈਂ ਇੱਕ ਸਿੰਪਲ ਜਿਹੀ ਗੱਲ ਚਾਹੁੰਦਾ, ਜੇ ਸਟੇਟ ਗੌਰਮੈਂਟ ਇਮਾਨਦਾਰੀ ਨਾਲ ਕੰਮ ਕਰੇ, ਕਿਆ ਬਰਗਾੜੀ ਕਾਂਡ ਦੇ ਬੰਦੇ ਚੰਗੀ ਤਰ੍ਹਾਂ ਫੜ ਕੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੀ? ਕਿਆ ਉਹਨਾਂ ਦੇ ਬੈਕ ਕਿੱਥੇ ਤੱਕ ਤਾਰ ਜੁੜੇ ਸੀ? ਹੁਣ ਇਹ ਥੋੜ੍ਹੇ ਦਿਨ ਪਹਿਲਾਂ ਆਪਣੇ ਕੁੰਵਰ ਵਿਜੇ ਪ੍ਰਤਾਪ ਜੀ ਨੇ ਇੱਕ ਪੂਰੀ ਰਿਪੋਰਟ ਦਿੱਤੀ, ਅਖਬਾਰ 'ਚ ਛਪੀ ਹੈ, ਉਹਦੇ 'ਤੇ ਐਕਸ਼ਨ ਕਿਉਂ ਨਹੀਂ ਹੋਇਆ? ਇੱਕ ਸੀਨੀਅਰ ਲੈਵਲ ਦਾ ਆਈ ਐੱਸ ਅਫਸਰ, ਆਈ ਜੀ ਰੈਂਕ ਦਾ ਆਦਮੀ, ਜਿਹਨੇ ਜਿਹੜੇ ਵੀ ਸ਼ਹਿਰ 'ਚ ਕੰਮ ਕੀਤਾ ਉੱਥੇ ਤਹਿਲਕਾ ਮਚਾਇਆ, ਪੁਲਿਸ ਵੀ ਉਸ ਬੰਦੇ ਕੋਲ ਡਰੀ ਆ, ਆਪ ਪੁਲਿਸ ਦਾ ਮੁਲਾਜ਼ਮ ਹੋ ਕੇ, ਅਤੇ ਜੇ ਉਹਨਾਂ ਨੇ ਕੋਈ ਰਿਪੋਰਟ ਬਣਾਈ ਹੈ, ਉਹ ਸਿੱਟ ਨੇ ਇੱਕ ਰਿਪੋਰਟ ਬਣਾਈ ਹੈ, ਉਹ ਐਕਸ਼ਨ ਗੋਲਮੋਲ ਹੋ ਗਿਆ। ਸੋ ਕਿਤੇ ਨਾ ਕਿਤੇ ਕੁਛ ਨਾ ਕੁਛ ਇੱਥੇ ਆ ਕੇ ਵੱਜਦਾ ਕਿ ਜੇ ਮੈਂ ਚੋਰ ਹੱਥ ਚਾਬੀ ਫੜਾਈਏ ਕਸੂਰਵਾਰ ਤਾਂ ਯਾਰ ਮੈਂ ਹੀ ਹਾਂ ਫਿਰ। ਮੈਂ ਤਾਂ ਇੰਨੀ ਗੱਲ ਹੀ ਕਹੂੰਗਾ, ਮੈਂ ਆਪਣੇ ਆਪ 'ਤੇ ਕਸੂਰ ਲਊਂਗਾ ਕਿ ਜੇ ਮੈਂ ਚੋਰ ਹੱਥ ਮੈਂ ਹੀ ਚਾਬੀ ਫੜਾਈ ਹੈ, ਵੋਟ ਪਾਉਣ ਮੈਂ ਗਿਆ ਸੀ ਜੀ ਜੀ ਜੀ, ਅਤੇ ਫਿਰ ਮੈਂ ਗਲਤੀ ਕੀਤੀ ਹੈ। ਇਹਦੀਆਂ ਰੋਟੀਆਂ ਕੌਣ ਸੇਕ ਰਿਹਾ, ਕਿਵੇਂ ਸੇਕ ਰਿਹਾ? ਮੈਂ ਤਾਂ ਜਨਤਾ ਨੂੰ ਇਹੀ ਕਹਿੰਦਾ ਕਿ ਆਪਣਾ ਭਾਈਚਾਰਾ ਬਣਾ ਕੇ ਰੱਖੋ, ਆਪਣੇ ਆਲੇ ਦੁਆਲੇ ਦਾ ਪਿਆਰ ਕਮਾ ਕੇ ਰੱਖੋ। ਇਹਨਾਂ ਨੇ ਆਪਣੀਆਂ ਰੋਟੀਆਂ ਸੇਕ ਜਾਣੀਆਂ, ਕਈ ਮਾਵਾਂ ਦੇ ਪੁੱਤ ਪਹਿਲਾਂ ਮਰ ਗਏ, ਕਈਆਂ ਨੇ ਹੁਣ ਮਰ ਜਾਣਾ, ਅਤੇ ਅੱਗ ਨਾ ਲਾਉਣ ਆਪਸ 'ਚ। ਇਹ ਥੋੜ੍ਹੇ ਜਿਹੇ ਲੋਕ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੈ, ਕੋਈ ਉਹਨਾਂ ਦੀ ਵੈਲਿਊ ਨਹੀਂ ਹੈ, ਉਹਨਾਂ ਦਾ ਕੰਮ ਸਿਰਫ ਇੱਕੋ ਹੀ ਹੈ ਕਿ ਕਿੱਦਾਂ ਅੱਗ ਲਾਉਣੀ ਹੈ ਅਤੇ ਕਿੱਦਾਂ ਆਪਣੀ ਰੋਟੀ ਸੇਕਣੀ ਹੈ। ਇਹ ਬਿਆਨ ਕਿਉਂ ਦਿੱਤਾ ਗਿਆ, ਅੱਛੀਆਂ ਏਜੰਸੀਆਂ ਅਵੇਲੇਬਲ ਨੇ, ਉਹ ਦੇਖਣ ਕਿਉਂ ਦਿੱਤਾ ਗਿਆ, ਉਹਦਾ ਪਰਪਜ਼ ਕੀ ਸੀ? ਐਕਸ਼ਨ ਲੈਣਾ ਮੇਰੇ ਹਿਸਾਬ ਨਾਲ ਤਾਂ ਸਟੇਟ ਗੌਰਮੈਂਟ ਦਾ ਵੀ ਬਣਦਾ। ਮੇਰੇ ਘਰ ਦੇ ਅੰਦਰ ਵੜ ਕੇ ਕੋਈ ਮੈਨੂੰ ਮਾਂ ਦੀ ਭੈਣ ਦੀ ਗਾਲ ਕੱਢੇ, ਮੈਂ ਵੇਟ ਕਰਾਂਗਾ ਕਿ ਪੁਲਿਸ ਕਦੋਂ ਆਏਗੀ? ਪਹਿਲਾਂ ਬੰਦੂਕ ਚੁੱਕਾਂਗਾ ਜੇ ਮੇਰੇ ਘਰ ਹੋਏਗੀ ਗੋਲੀ ਮਾਰਨ ਲਈ, ਅਤੇ ਜਾਂ ਮੈਂ ਡੰਡਾ ਚੁੱਕੂੰਗਾ ਜਾਂ ਮੈਂ ਥੱਪੜ ਮਾਰੂੰਗਾ ਜਾਂ ਮੇਰੀ ਮਾਂ ਨੂੰ ਕੋਈ ਗਾਲ ਕੱਢੇਗਾ। ਇਹ ਤਾਂ ਉਹੀ ਗੱਲ ਹੋਈ ਕਿ ਸੰਵਿਧਾਨ ਨੂੰ ਗਾਲ ਕੱਢੀਏ ਤਾਂ ਸੈਂਟਰ ਗੌਰਮੈਂਟ ਕਿਉਂ ਆਏਗੀ? ਸਟੇਟ ਗੌਰਮੈਂਟ ਨੇ ਚੂੜੀਆਂ ਪਾਈਆਂ, ਕਰਨਾ ਨਹੀਂ, ਮੈਂ ਕਰਨਾ ਨਹੀਂ ਚਾਹੁੰਦਾ ਕਿ ਮੈਨੂੰ ਕਰਨਾ ਨਹੀਂ ਆਉਂਦਾ? ਇਹ ਸਵਾਲ ਨੇ ਮੈਂ ਜਨਤਾ ਨੂੰ ਦੇ ਰਿਹਾ। ਸੋਚੋ, ਲੋਜੀਕਲ ਲੀਗਲ ਬ੍ਰੇਨ ਯੂਜ਼ ਕਰੋ, ਤੁਹਾਨੂੰ ਜਵਾਬ ਮਿਲਣਗੇ। ਐਕਸ਼ਨ ਤੁਹਾਨੂੰ ਵੇਖੋ, ਐਕਸ਼ਨ ਮਿਲਣਗੇ ਵੀ ਕੀ ਐਕਸ਼ਨ ਕਰ ਰਹੇ ਨੇ। ਉੱਦਾਂ ਅਸੀਂ ਛੋਟੇ ਛੋਟੇ ਮੁੱਦਿਆਂ 'ਤੇ ਫਟਾਫਟ ਭੜਕ ਪੈਂਦੇ ਹਾਂ, ਐਡੇ ਵੱਡੇ ਮੁੱਦੇ 'ਤੇ ਅਸੀਂ ਸ਼ਾਂਤ ਬੈਠੇ ਹਾਂ। ਸੋ ਗਰਗ ਸਾਹਿਬ, ਕਾਫੀ ਵਿਚਾਰ ਚਰਚਾ 'ਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ, ਕਿਉਂਕਿ ਤੁਸੀਂ ਪੋਲੀਟੀਕਲੀ ਐਕਸਪਰਟ ਵੀ ਹੋ, ਪੰਜਾਬ ਦੀ ਜਿਹੜੀ ਸਿਆਸੀ ਚੰਗੀ ਤਰ੍ਹਾਂ ਤੁਸੀਂ ਉਸਦੀ ਸਮੀਖਿਆ ਵੀ ਕਰਦੇ ਹੋ ਸਿਆਸਤ ਦੀ, ਅਤੇ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਹੁਣ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਅੰਦਰਲੇ ਹੀ ਉਹਨਾਂ ਨੂੰ ਇਹ ਪੁੱਛਣ ਲੱਗ ਗਏ ਨੇ ਕਿ ਤੁਸੀਂ ਹਾਲੇ ਤੱਕ ਬਰਗਾੜੀ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ, ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ? ਸੋ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਂਗਰਸ ਨੂੰ ਹੀ ਪੁੱਠਾ ਪੈ ਸਕਦਾ ਜਿਸ ਹਿਸਾਬ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਪਹਿਲਾਂ ਵਾਅਦੇ ਕੀਤੇ ਸੀਗੇ? ਇਹ ਪਏਗਾ ਕਿਉਂ ਨਹੀਂ ਪਏਗਾ? ਜੇ ਤੁਸੀਂ 3 ਸਾਲ ਤੋਂ ਤੁਸੀਂ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਚੁੱਕੀ, ਸਭ ਕੁਛ ਆ ਚੁੱਕਿਆ, ਤੁਸੀਂ ਅਸੈਂਬਲੀ 'ਚ ਡਿਸਕਸ ਕਰ ਲੈਂਦੇ ਹੋ, ਤੁਸੀਂ ਕੁਛ ਨਹੀਂ ਕਰਦੇ। ਪਰ ਮੈਂ ਇਸ ਗੱਲ ਦੇ ਉੱਤੇ ਐਗਰੀ ਨਹੀਂ ਕਰਦਾ। ਜਿਹੜਾ ਵਾਰ ਵਾਰ ਅਸੀਂ ਇਹ ਸਟੇਟਾਂ ਦੇ ਝਗੜੇ 'ਚ ਪੈਣਾ, ਇਹ ਇੱਕ ਵਾਰ ਕੀ ਹੈ? ਇਹਦਾ ਮਤਲਬ ਇਹ ਹੈ ਵੀ ਇੱਕ ਬੰਦਾ ਐਕਸ਼ਨ ਲਵੇ, ਦੂਜੇ ਨੂੰ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ। ਜਾਂ ਤਾਂ ਅਸੀਂ ਕਹੀਏ ਵੀ ਦੋਨਾਂ ਦੀ ਡਿਊਟੀ ਬਣਦੀ ਹੈ, ਦੋਨਾਂ ਦੀ ਡਿਊਟੀ ਨਹੀਂ, ਡਿਊਟੀ ਤਾਂ ਦੋਨਾਂ ਦੀ ਬਣਦੀ ਹੈ ਜੀ, ਹਰ ਨਾਗਰਿਕ ਦੀ ਬਣਦੀ ਹੈ। ਮੈਂ ਨਾਲ ਹਾਂ, ਹੁਣ ਜੋ ਅਸੀਂ ਕਹੀਏ। ਚਲੋ, ਮੇਰੀ ਗਲਤੀ ਹੈ ਜੀ, ਮੈਂ ਨਹੀਂ ਕਿਹਾ, ਪਰ ਮੈਂ ਤਾਂ ਦੋਵਾਂ ਦੀ ਪਹਿਲਾਂ ਮੇਰੇ ਘਰ ਦੀ ਡਿਊਟੀ ਬਣਦੀ ਕਿ ਮੇਰੇ ਘਰ ਆ ਕੇ ਕਿਸੇ ਨੇ ਗਾਲ ਕੱਢੀ, ਪਹਿਲੀ ਚਪੇੜ ਮੈਂ ਮਾਰਾਂ, ਮੁੜ ਕੇ ਉਹ ਆ ਕੇ ਮਾਰੇ, ਮੈਂ ਕਿਉਂ ਨਹੀਂ ਮਾਰ ਰਿਹਾ? ਮੈਂ ਤਾਂ ਇਹ ਸੋਚਣ ਦਿਆ, ਮੈਂ ਕਿਉਂ ਨਹੀਂ ਉਹਨੂੰ ਚਪੇੜ ਮਾਰ ਰਿਹਾ? ਲੈਟ ਮੀ ਕੰਪਲੀਟ ਜੀ, ਪਲੀਜ਼ ਸਰ। ਅਮਰਿੰਦਰ ਸਿੰਘ ਦੇ ਹੱਕ ਜਾਂ ਉਲਟੋ ਜਾਂ ਸੈਂਟਰ ਦੇ, ਮੈਂ ਨਹੀਂ ਹਾਂ, ਮੈਂ ਦੋਵਾਂ ਦੇ ਨਾਲ ਹੱਕ ਜਾਂ ਉਲਟੋ, ਮੈਂ ਕਿਸੇ ਦੇ ਹੱਕ 'ਚ ਨਹੀਂ ਸਰ, ਮੈਂ ਤਾਂ ਜਨਤਾ ਨਾਲ ਹਾਂ, ਮੈਂ ਤੁਹਾਡੇ ਨਾਲ ਹਾਂ, ਮੈਨੂੰ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਚੰਗਾ ਹੀ ਬਹੁਤ ਲੱਗਾ। ਮੈਨੂੰ ਬੜਾ ਕਲੀਅਰ ਹੈ, ਇਸ ਕਰਕੇ ਮੈਨੂੰ ਬੜਾ ਸਪਸ਼ਟ ਹੈ ਵੀ ਇਹ ਦੋਵਾਂ ਧਿਰਾਂ ਦੀ ਡਿਊਟੀ ਬਣਦੀ ਸੀ। ਬਿਲਕੁਲ, ਜਿਹੜੇ ਬੰਦਿਆਂ ਨੇ ਰਿਜ਼ਾਈਨ ਕਰਿਆ ਸੀ ਉਹ ਬੀਜੇਪੀ 'ਚ ਰਲੇ ਨੇ ਹੁਣ ਜੀ, MP ਓਕੇ, ਆਪ ਦੇ ਵਿੱਚੋਂ MP ਜਿੱਤੇ, IFS 'ਚੋਂ ਰਿਜ਼ਾਈਨ ਕਰਾ ਕੇ, IRS 'ਚੋਂ, ਐਡੀ ਵੱਡੀ ਪੋਸਟ ਤੋਂ, ਆਲ ਇੰਡੀਆ ਸਰਵਿਸ 'ਚੋਂ, ਉਹ ਜਦ ਤੁਸੀਂ ਜਿਹੜਾ ਵੀ ਬੰਦਾ ਜੰਮੂ ਕਸ਼ਮੀਰ 'ਚ ਸਰਕਾਰ ਕਿਹਨੇ ਬਣਾਈ ਸੀ ਅੱਤਵਾਦੀਆਂ ਦੇ ਨਾਲ, ਸੋ ਆਪਾਂ ਇਹ ਨਾ ਇੰਨਾ ਸੌਖਾ ਨਾ ਰੱਖੀਏ। ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਸਾਡੀਆਂ, ਇਹ ਆਪਣੇ ਫਾਇਦੇ ਵਾਸਤੇ ਕੁਛ ਵੀ ਕਰਨ ਨੂੰ ਨੇ, ਇਹ ਲੋਕਾਂ ਦੀ ਸ਼ਾਂਤੀ ਦੀ ਗੱਲ ਕਰਨੀ ਆ ਤਾਂ ਇਹ ਜਾਇਜ਼ ਗੱਲ ਕਰਨੀ ਆ, ਨਹੀਂ ਤਾਂ ਇਹ ਹੈ। ਹੁਣ ਰੋਜ਼ ਹੀ ਆਪਾਂ ਦੇਖਦੇ ਨਹੀਂ ਪੋਲੀਟੀਸ਼ੀਅਨ, ਜੇ ਕਾਂਗਰਸ ਤੋਂ ਅਕਾਲੀਆਂ ਚਲਾ ਗਿਆ, ਬੀਜੇਪੀ ਚਲਾ ਗਿਆ, ਜੇ ਦੁੱਧ ਧੁੱਤ ਹੋ ਗਿਆ, ਜੇ ਬੀਜੇਪੀ ਵਾਲਾ ਕਾਂਗਰਸ 'ਚ ਆ ਗਿਆ ਫਿਰ ਉਹ ਸੈਕੂਲਰ ਹੋ ਗਿਆ। ਆ ਸਿੰਧੀਆ ਦਾ ਤੁਸੀਂ ਦੇਖ ਹੀ ਰਹੇ ਹੋ, ਪਹਿਲਾਂ ਬੀਜੇਪੀ ਚਲਾ ਗਿਆ ਫਿਰ ਕਾਂਗਰਸ 'ਚ ਆਉਣ ਨੂੰ ਤਿਆਰ ਹੈ, ਆਹ ਬਾਕੀਆਂ ਦੇ ਤੁਸੀਂ ਦੇਖ ਲਓ। ਸੋ ਇਸ ਕਰਕੇ ਸਾਡੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਲੋਕਾਂ ਨੂੰ ਡਿਵਾਈਡ ਕਰਕੇ ਆਪਦਾ ਹਲਵਾ ਮੰਡਾ ਸਿੱਖਦੇ ਨੇ। ਬਸ 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 ਬਸ, ਜਿੰਨਾ ਚਿਰ ਅਸੀਂ ਇਹ ਜ਼ਿੰਮੇਵਾਰੀ ਨਹੀਂ ਲਾਵਾਂਗੇ,
ਤੇ ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾ ਲਈਆਂ। 6 ਅਪ੍ਰੈਲ ਨੂੰ ਨੋਟੀਫਿਕੇਸ਼ਨ ਕਰੀ ਹੈ ਕੇਂਦਰ ਨੇ, ਕਰੀ ਹੈ ਉਹ 49,000 ਰੁਪਏ ਮਹੀਨਾ ਐਮ ਪੀ ਦਾ ਵਧਾ ਤਾ। ਐਮ ਪੀ ਨੇ ਕਿਹੜਾ ਪਾਰ ਤੋੜ ਰਿਹਾ ਸੀ ਉਦੋਂ ਬਈ, 49,000 ਰੁਪਏ ਮਹੀਨਾ ਤੁਸੀਂ ਅੱਜ ਤੱਕ 6-6 ਪੈਨਸ਼ਨਾਂ ਖਾਂਦੇ ਪਏ ਐਮ ਪੀ। ਪੋਲੀਟੀਸ਼ੀਅਨ ਹੈ ਉਹ ਬੜੇ ਕੈਲਕੂਲੇਟਡ ਕਰਕੇ ਕੰਮ ਕਰਦਾ, ਉਹ ਸਿਆਣਾ ਹੈ। ਜਵਾਬ ਮੰਗਣਾ ਚਾਹਾਂਗਾ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਸਿਆਸਤਦਾਨ ਨੇ ਉਹ ਆਪਣਾ ਫਾਇਦਾ ਪਾਲਦੇ ਨੇ ਹਰੇਕ ਚੀਜ਼ ਦੇ ਵਿੱਚੋਂ, ਪਰ ਸਾਡੇ ਦਰਸ਼ਕ ਪੰਜਾਬ ਦੇ ਲੋਕ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਨੇ ਕੀ ਪੰਜਾਬ ਦੇ ਵਿੱਚ ਖਾਲਿਸਤਾਨ ਲਈ ਕੋਈ ਥਾਂ ਹੈ, ਕੀ ਇਸ ਦੀ ਮੰਗ ਹੋਣੀ ਚਾਹੀਦੀ ਹੈ ਜਾਂ ਨਹੀਂ? ਦੇਖੋ ਜਿੱਥੋਂ ਤੱਕ ਸਵਾਲ ਹੈ ਵੀ ਜਿੰਨਾ ਚਿਰ ਹਿੰਦੁਸਤਾਨ ਦਾ ਫੈਡਰਲਿਜ਼ਮ ਤਕੜਾ ਨਹੀਂ ਹੁੰਦਾ ਤੇ ਏਜੰਸੀਆਂ ਦਖਲਅੰਦਾਜ਼ੀ ਕਰਕੇ ਲੋਕਾਂ ਨੂੰ ਡਿਵਾਈਡ ਕਰਕੇ ਰਾਜ ਕਰਨ ਦਾ ਰਸਤਾ ਨਹੀਂ ਛੱਡਦੀਆਂ ਸਰਕਾਰਾਂ ਸਿਆਸਤਦਾਨ, ਉਹਨਾਂ ਚਿਰ ਇਹੋ ਜਿਹੀਆਂ ਮੰਗਾਂ ਉੱਠਦੀਆਂ ਰਹਿਣਗੀਆਂ। ਉਹ ਪੂਰੀਆਂ ਪਾਰੀਆਂ ਤਾਂ ਹੋਣੀਆਂ ਕਿਹਨੇ, ਪਰ ਉੱਠੀਆਂ ਜ਼ਰੂਰ ਹੋਈਆਂ। ਉਹ ਅਸਾਮ 'ਚ ਵੀ ਉੱਠੀ ਸੀ, ਉਹ ਤਾਮਿਲਨਾਡੂ 'ਚ ਵੀ ਉੱਠੀ ਸੀ, ਉਹ ਹੋਰ ਜਗ੍ਹਾ 'ਤੇ ਉਹ ਬੰਗਾਲ 'ਚ ਵੀ ਉੱਠੀ ਸੀ, ਗੋਰਖਾਲੈਂਡ ਦੀ ਮੰਗ ਆਈ ਸੀ, ਉਹ ਥਾਂ ਥਾਂ 'ਤੇ ਉੱਠਦੀਆਂ ਰਹਿਣਗੀਆਂ ਅਤੇ ਪਹਿਲਾਂ ਵੀ ਉੱਠਦੀਆਂ ਰਹੀਆਂ ਨੇ। ਕਿਉਂਕਿ ਸਾਡੀ ਸਿਆਸਤ ਡਿਵਾਈਡ ਐਂਡ ਰੂਲ ਨਾਲ ਚੱਲ ਰਹੀ ਹੈ, ਜੋ ਅੰਗਰੇਜ਼ ਦਾ ਤਰੀਕਾ ਸੀ ਉਹੀ ਤਰੀਕਾ ਸਾਡੀ ਸਿਆਸਤ ਅੱਜ ਵਰਤ ਰਹੀ ਹੈ। ਲੋਕਾਂ ਨੂੰ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਬੋਲੀ ਦੇ ਨਾਂ 'ਤੇ ਲੜਾ ਕੇ ਉਹ ਰਾਜ ਕਰ। ਮੱਲਣ ਸਾਹਿਬ ਤੁਹਾਡਾ ਕੀ ਕਹਿਣਾ ਹੈ ਜੀ, ਕੀ ਸਿੱਟਾ ਕੱਢੋਗੇ ਤੁਸੀਂ? ਬਸ ਜੋ ਗਰਗ ਸਰ ਨੇ ਕਿਹਾ ਟੋਟਲੀ ਬਿਲਕੁਲ ਉਹੀ ਹੈ ਕਿ ਕੋਈ ਪਰਪਸਫੁੱਲ ਕੰਮ ਚੱਲ ਰਿਹਾ, ਕੋਈ ਐਸੀਆਂ ਏਜੰਸੀਆਂ ਜਿਹੜੀਆਂ ਇੱਕ ਚੰਗੇ ਬੰਦੇ ਨੂੰ ਮਾੜਾ ਬੰਦਾ ਦਿਖਾ ਕੇ ਉਹਨਾਂ ਨੇ ਘਰ ਬੈਠੇ ਆਪਣੀਆਂ ਰੋਟੀਆਂ ਸੇਕ ਲੈਣੀਆਂ। ਫਿਰ ਮੈਂ ਕਹਿੰਦਾ ਮਾਵਾਂ ਦੇ ਪੁੱਤ ਇੱਥੇ ਗੋਦੀਆਂ 'ਚ ਮਰ ਜਾਣੇ ਆ, ਇਹ ਲੜਾਈਆਂ ਆਪਸ 'ਚ ਕਰਾ ਜਾਣੀਆਂ, ਭਰਾ ਭਰਾ ਨੂੰ ਲੜਾ ਜਾਣਾ ਇਹਨਾਂ ਨੇ, ਔਰ ਇਹਨਾਂ ਨੇ ਆਪਣਾ ਕੁਛ ਪਰਸਨਲ ਫਾਇਦਾ ਚੁੱਕ ਜਾਣਾ। ਕੁਛ ਨਹੀਂ ਬਦਲਣਾ, ਸੰਵਿਧਾਨ 'ਚ ਉਹਦੀ ਕਾਨੂੰਨ 'ਚ ਕੋਈ ਐਸੀ ਪਾਵਰ ਨਹੀਂ ਹੈ ਕਿ ਉਹਨੂੰ ਕੱਟ ਦੇਵੇ। ਇੱਦਾਂ ਤਾਂ ਫਿਰ ਵਾਪਸ ਉਹੀ ਛੋਟੇ ਛੋਟੇ ਕੰਟਰੀ ਬਣ ਜਾਣਗੇ, ਜਿਹੜੀ ਯੂਨੀਅਨ ਆਫ ਇੰਡੀਆ ਦੀ ਗੱਲ ਸੀ ਉਹ ਖਤਮ ਹੋ ਜਾਏਗੀ। ਕੱਲ੍ਹ ਨੂੰ ਉਹ ਕੁਛ ਕਸ਼ਮੀਰੀਆਂ ਨੇ ਕਸ਼ਮੀਰ ਮੰਗਿਆ ਵੱਖਰਾ, ਉੱਧਰੋਂ ਤਾਮਿਲਨਾਡੂ ਵਾਲਿਆਂ ਨੇ ਮੰਗਿਆ, ਗਰਗ ਸਰ ਨੇ ਸਾਰਾ ਕੁਝ ਦੱਸਿਆ। ਸੰਵਿਧਾਨ 'ਚ ਕੋਈ ਐਸੀ ਤਾਕਤ ਨਹੀਂ ਹੈ ਜਾਂ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਇਹਨੂੰ ਵੱਖਰਾ ਕੀਤਾ ਜਾ ਸਕੇ, ਐਡ ਹੋ ਸਕਦਾ। ਔਰ ਜਿੱਥੋਂ ਤੱਕ ਕੁਛ ਏਜੰਸੀਆਂ ਕੁਛ ਲੋਕਾਂ ਨੂੰ ਬੁਰਾ ਦਿਖਾ ਕੇ ਕੁਛ ਆਪਣਾ ਫਾਇਦਾ ਚੁੱਕਣਾ ਚਾਹ ਰਹੀਆਂ, ਸਾਡੇ ਪੰਜਾਬ ਦਾ ਤੁਸੀਂ ਉਹ ਚੁੱਕ ਲਓ, ਇੰਪਲੋਇਮੈਂਟ ਐਕਸਚੇਂਜ ਚੁੱਕ ਲਓ, ਅਹੁਦੇਦਾਰ ਕੌਣ ਕੌਣ ਹੈ ਤੁਹਾਨੂੰ ਨਾਮ ਤੋਂ ਪਤਾ ਲੱਗ ਜਾਏਗਾ ਵੀ ਕਿਹੜਾ ਹੱਕ ਮਿਲ ਰਿਹਾ ਅਤੇ ਕਿਹੜਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC ਕੌਣ ਹੈ, ਤੁਸੀਂ ਨਾਂ ਲੈ ਲਓ, ਮੈਨੂੰ ਲੈਣ ਦੀ ਲੋੜ ਨਹੀਂ। ਕਿਸੇ ਵੀ ਅਦਾਰੇ ਦਾ ਹੈੱਡ ਕੌਣ ਹੈ, ਤੁਸੀਂ ਨਾਂ ਲੈ ਲਓ, ਮੈਨੂੰ ਲੈਣ ਦੀ ਲੋੜ ਨਹੀਂ। ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨੇ ਚੀਜ਼ਾਂ ਮਿਲ ਰਹੀਆਂ। ਜਿੱਥੋਂ ਤੱਕ ਗਰਗ ਸਰ ਦੀ ਗੱਲ ਹੈ ਕਿ ਫੈਡਰਲਿਜ਼ਮ ਆਵੇ, ਸਟੇਟਾਂ ਕੋਲ ਪ੍ਰੋਪਰ ਪਾਵਰਸ ਆਉਣ ਔਰ ਪਬਲਿਕ ਇੰਟਰਸਟ ਦੇ ਮੁੱਦੇ ਚੱਲਣ, ਪਬਲਿਕ ਨੂੰ ਫਾਇਦਾ ਮਿਲੇ, ਉਹਦੇ 'ਚ ਕੰਮ ਚੱਲੇਗਾ। ਪਬਲਿਕ ਦੇ ਉੱਤੇ ਤਾਂ ਟੈਕਸ 'ਤੇ ਟੈਕਸ, ਟੈਕਸ 'ਤੇ ਟੈਕਸ, ਟੈਕਸ 'ਤੇ ਟੈਕਸ ਲਾਈ ਜਾ ਰਹੇ ਨੇ, ਉਹਨੂੰ ਕੋਈ ਰਿਲੀਫ ਨਹੀਂ। ਜ਼ਮੀਨਾਂ ਇਹਨਾਂ ਨੇ ਮਹਿੰਗੀਆਂ ਕਰਤੀਆਂ, ਜ਼ਮੀਨ ਜਦੋਂ ਇੱਕ ਬੰਦਾ ਜਿਹੜੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦਾ, ਪਾਣੀ ਨੂੰ ਉਹ ਪੈਦਾ ਨਹੀਂ ਕਰ ਸਕਦਾ, ਹਵਾ ਨੂੰ ਪੈਦਾ ਨਹੀਂ ਕਰ ਸਕਦਾ, ਧਰਤੀ ਪੈਦਾ ਨਹੀਂ ਕਰ ਸਕਦਾ, ਉਹਦੇ 'ਤੇ ਮਾਲਕਾਂ ਨੇ ਇਹੋ ਜਿਹੇ ਅਧਿਕਾਰ ਕਿ ਅਰਬਾਂ ਰੁਪਏ 'ਚ, ਚੰਡੀਗੜ੍ਹ 'ਚ 10 ਮਰਲੇ ਦਾ ਘਰ 4 ਕਰੋੜ ਰੁਪਏ ਦਾ ਹੈ, ਦੱਸੋ ਕਿੱਥੇ ਜਸਟੀਫਾਈਡ ਹੈ ਚੀਜ਼? ਕਿਉਂ ਨਹੀਂ ਅੱਜ ਤੱਕ ਉਸ ਚੀਜ਼ ਨੂੰ ਕੰਟਰੋਲ 'ਚ ਕੀਤਾ ਗਿਆ? ਅੱਜ ਵੀ ਬਲੈਕ ਮਾਰਕੀਟਿੰਗ ਚਰਮ ਸੀਮਾ 'ਤੇ ਪਹੁੰਚੀ ਹੋਈ ਹੈ। ਤੁਸੀਂ ਆਪਣੀ ਰਜਿਸਟਰੀ ਦੀ ਗੱਲ ਕੀਤੀ ਸੀ ਕਿ 2 ਨੰਬਰ ਦੇ ਪੈਸੇ ਨਹੀਂ ਦਿਓਗੇ ਰਜਿਸਟਰੀ ਨਹੀਂ ਹੋਏਗੀ, ਇਹ ਤਾਂ ਸਟੇਟ ਦੇ ਕੰਟਰੋਲ 'ਚ ਹੈ। ਕਿਉਂ ਨਹੀਂ ਅੱਜ ਤੱਕ ਉਸ ਐਮਬੈਜ਼ਲਮੈਂਟ ਨੂੰ ਜਾਂ ਉਸ ਫਰੋਡ ਨੂੰ ਜਾਂ ਉਸ ਠੱਗੀ ਨੂੰ ਬੰਦ ਕਰਾਇਆ ਜਾ ਰਿਹਾ? ਜਿਹੜੀਆਂ ਪਾਵਰਾਂ ਸਟੇਟ ਕੋਲ ਹੈ, ਕਰਕੇ ਤਾਂ ਦਿਖਾਵੇ ਕਿ ਮੈਂ ਕਾਬਲ ਬੱਚਾ ਵਾਂ, ਮੇਰੇ 23 ਭਰਾ ਹੋਰ ਨੇ, ਮੈਂ 22 ਵੱਖਰੇ ਨੇ, ਮੈਂ ਇੱਕ ਐਸਾ ਬੰਦਾ ਜਿਹਨੇ ਕੋਈ ਮਿਸਾਲ ਕਾਇਮ ਕਰਕੇ ਦਿਖਾਈ ਹੈ, ਕੋਈ ਕ੍ਰਾਈਮ ਰੇਟ ਕੰਟਰੋਲ ਕੀਤਾ। ਸਾਡੇ ਪੰਜਾਬ 'ਚ ਕਮਿਸ਼ਨਰ ਆਫ ਪੁਲਿਸ ਅਤੇ ਕਲਰਕ ਦਾ ਕੰਮ ਕਰ ਰਿਹਾ। ਹਾਂਜੀ ਬਾਬੂ ਜੀ ਕਿੱਧਰ ਆਏ ਹੋ? ਹਾਂਜੀ ਮੇਰੀ ਇਹ ਦਰਖਾਸਤ ਹੈ ਜੀ, ਲਓ ਜੀ ਮੈਂ ASI ਆਪਣਾ SHO ਸਿਵਲ ਲਾਈਨ ਨੂੰ ਮਾਰਕ ਕਰਤੀ ਹੈ। ਇਜ਼ ਇਟ ਹਿਜ਼ ਵਰਕ? ਮੈਨੂੰ ਜਵਾਬ ਦਿਓ। ਉਹਦੇ ਹੀ ਪਾਵਰ 'ਤੇ ਹੈ ਕਿ SHO ਕੀ ਕੰਮ ਕਰ ਰਿਹਾ, 15 ਦਿਨਾਂ ਬਾਅਦ ਉਹਨੂੰ ਸੱਦ ਕੇ ਉਹਦੇ ਕੋਲ ਰਿਪੋਰਟ ਲਵੇ। ਅਤੇ SHO ਕਿੱਥੇ ਗਿਆ? ਉਹ ਕਿਸੇ ਅਫਸਰ ਦੇ ਕੰਮ ਗਿਆ, ਉਹਨੂੰ ਜਾ ਕੇ ਕੰਪਲੇਂਟ ਦੇ ਦਿਓ, ਤੁਹਾਡੀ ਦਰਜ ਨਹੀਂ ਹੁੰਦੀ। ਮੈਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਗਰਾਊਂਡ ਜ਼ੀਰੋ ਦੀਆਂ ਗੱਲਾਂ ਕਰ ਰਿਹਾ। ਸੋ ਬਿਲਕੁਲ ਆਪਣੇ ਜੇ ਪ੍ਰੋਗਰਾਮ ਦਾ ਆਪਾਂ ਨਿਚੋੜ ਕੱਢੀਏ, ਜੋ ਸਿਆਸੀ ਮਾਮਲੇ ਦੇ ਮਾਹਰ ਨੇ ਡਾਕਟਰ ਪਿਆਰ ਲਾਲ ਗਰਗ ਜੀ
ਤੇ ਸੀਨੀਅਰ ਐਡਵੋਕੇਟ ਸੁਨੀਲ ਮੱਲਣ ਜੀ ਦੀਆਂ ਗੱਲਾਂ ਤੋਂ ਨਿਚੋੜ ਇਹੀ ਨਿਕਲਦਾ ਹੈ ਕਿ ਜਿਹੜੇ ਸਿਆਸਤਦਾਨ ਨੇ ਉਹ ਆਪਣਾ ਫਾਇਦਾ ਲੈਣ ਦੇ ਲਈ ਸਾਨੂੰ ਧਰਮ ਜਾਤ ਤੇ ਬੋਲੀ ਦੇ ਨਾਂ ਉੱਤੇ ਵੰਡ ਰਹੇ ਨੇ। ਸੋ ਇੱਕ ਗੱਲਾਂ ਦੇ ਵਿੱਚੋਂ ਸਿੱਟਾ ਇਹ ਵੀ ਨਿਕਲਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਸੂਬਿਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਹੈ। ਜਿਹੜਾ ਫੈਡਰਲ ਸਿਸਟਮ ਲਾਗੂ ਹੋਣਾ ਚਾਹੀਦਾ ਸੀਗਾ ਉਹ ਲਾਗੂ ਨਹੀਂ ਹੋ ਰਿਹਾ, ਇਸ ਕਰਕੇ ਆਮ ਜਨਤਾ ਦੇ ਵਿੱਚ ਵੀ ਬੇਚੈਨੀ ਵੱਧ ਰਹੀ ਹੈ, ਲੋਕ ਨਿਰਾਸ਼ ਨੇ। ਇਸ ਕਰਕੇ ਜਦੋਂ ਕੋਈ ਐਵੇਂ ਦੀ ਹਵਾ ਚੱਲਦੀ ਹੈ ਤਾਂ ਲੋਕ ਉਸ ਦੇ ਪਿੱਛੇ ਲੱਗ ਸਕਦੇ ਨੇ, ਲੱਗ ਜਾਂਦੇ ਨੇ ਤੇ ਲੱਗ ਸਕਦੇ ਵੀ ਨੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਨਾਲ ਹੀ ਗੱਲ ਇਹ ਵੀ ਨਿਕਲਦੀ ਹੈ ਕਿ ਕੇਂਦਰ ਜਿਹੜੀ ਸੂਬਾ ਸਰਕਾਰਾਂ ਨੇ ਉਹ ਹਮੇਸ਼ਾ ਕੇਂਦਰ ਨੂੰ ਭਣਦੀਆਂ ਰਹਿੰਦੀਆਂ ਨੇ, ਪਰ ਕੇਂਦਰ ਹੌਲੀ ਹੌਲੀ ਜੇ ਸੂਬਿਆਂ ਦੇ ਉੱਤੇ ਹੱਕਾਂ ਦੇ ਉੱਤੇ ਡਾਕਾ ਮਾਰੀ ਜਾ ਰਿਹਾ, ਉਹਦੇ ਲਈ ਜ਼ਿੰਮੇਵਾਰ ਵੀ ਤਾਂ ਸੂਬਾ ਸਰਕਾਰਾਂ ਨੇ, ਕਿਉਂਕਿ ਰਾਜ ਤਾਂ ਉਹ ਕਰ ਰਹੇ ਨੇ, ਰਾਜ ਤਾਂ ਜਨਤਾ ਨਹੀਂ ਕਰ ਰਹੀ। ਇਸ ਕਰਕੇ ਇਸ ਲਈ ਜ਼ਿੰਮੇਵਾਰ ਪੂਰੀਆਂ ਹੈਗੀਆਂ ਨੇ ਸੂਬਾ ਸਰਕਾਰਾਂ, ਪਰ ਨਾਲ ਇਸ ਕਰਕੇ ਹੋਰ ਜ਼ਿਆਦਾ ਜ਼ਿੰਮੇਵਾਰੀ ਉਹਨਾਂ ਦੀ ਇਸ ਕਰਕੇ ਵੱਧ ਜਾਂਦੀ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਸੂਬਿਆਂ ਦੇ ਕੋਲ ਨੇ ਘੱਟੋ ਘੱਟ ਉਹਨਾਂ ਦੇ ਵਿੱਚ ਤਾਂ ਤੁਸੀਂ ਲੋਕਾਂ ਨੂੰ ਸਹੂਲਤਾਂ ਦੇ ਦਿਓ, ਪਰ ਉੱਥੇ ਵੀ ਸੂਬਾ ਸਰਕਾਰਾਂ ਫੇਲ ਹੋ ਰਹੀਆਂ ਨੇ। ਇਸ ਕਰਕੇ ਲੋਕਾਂ ਦੀ ਬੇਚੈਨੀ ਦੇ ਵਿੱਚੋਂ ਜਿਹੜੀ ਇਹਦਾ ਵੱਖਰੀ ਸਟੇਟ ਦੀ ਜਿਹੜੀ ਮੰਗ ਹੈਗੀ ਹੈ ਇਹ ਕਈ ਵਾਰੀ ਉਭਰੀ ਵੀ ਹੈਗੀ ਹੈ, ਪਰ ਓਵਰਆਲ ਜੇ ਗੱਲਾਂ ਦੇ ਵਿੱਚੋਂ ਦੇਖਿਆ ਜਾਵੇ ਤਾਂ ਪੰਜਾਬੀ ਕਦੇ ਵੀ ਨਹੀਂ ਚਾਹੁੰਦੇ ਕਿ ਉਹ ਦੇਸ਼ ਨਾਲੋਂ ਵੱਖਰਾ ਹੋਣ, ਪਰ ਪੰਜਾਬੀ ਆਪਣਾ ਹੱਕ ਮੰਗਦੇ ਨੇ, ਹੱਕ ਮੰਗਦੇ ਰਹਿਣਗੇ, ਹੱਕਾਂ ਲਈ ਉਹਨਾਂ ਨੇ ਪਹਿਲਾਂ ਵੀ ਲੜਾਈਆਂ ਲੜੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜਦੇ ਰਹਿਣਗੇ, ਕੁਰਬਾਨੀਆਂ ਵੀ ਦਿੱਤੀਆਂ ਨੇ। ਜੀ ਜੀ, ਸੋ ਗਰਗ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਲਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਗਰਗ ਸਾਹਿਬ ਨਾਲ ਅੱਜ ਚਰਚਾ ਕਰਕੇ। ਜੀ ਗਰਗ ਸਾਹਿਬ ਨਾਲ ਅੱਜ ਸੁਣ ਕੇ ਬੜਾ ਅੱਛਾ ਲੱਗਾ, ਬੜੀ ਨੌਲੇਜ ਮਿਲੀ ਹੈ। ਗਰਗ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ ਮਲਨ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ ਹੁਣ ਸਾਨੂੰ ਤੋਂ ਇਜਾਜ਼ਤ, ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।